ਭਾਈ ਚੌਧਰੀ ਇੱਥੇ ਤਾਂ ਚੌਧਰੀ ਤਾਂ ਮੈਂ ਤੁਸੀਂ ਕਿਹੜੇ ਚੌਧਰੀ ਹੋਏ ਪਛਾਣਿਆ ਜੀ ਨਹੀਂ ਮੈਂ ਜਿੰਦਰ ਦਾ ਫਰੈਂਡ ਹੈਗਾ ਕਾਕੇ ਦਾ ਡੈਡੀ ਨਹੀਂ 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 ਕਾਕੇ ਦਾ ਡੈਡੀ ਇਹੀ ਮੈਂ ਪੁੱਛਿਆ ਬਹਿ ਜਾਓ ਬੈਠੀ ਮਿਹਰਬਾਨੀ ਆ ਬੀਅਰ ਦੀ ਥੈਲੀ ਥੱਲੇ ਰੱਖ ਦਿਓ ਕਿਤੇ ਸੋਫਿਆਂ ਦੇ ਨਾ ਡੁੱਲ ਜੇ 10 ਸਾਲ ਮੁਸ਼ਕ ਨਹੀਂ ਜਾਣੀ ਇਹਨਾਂ ਚੋਂ ਓਏ ਬੀਅਰ ਨਹੀਂ ਆਈ ਫਿਰ ਨਾਲ ਕਿਉਂ ਚੱਕੀ ਫਿਰਦੇ ਚੜਾ ਕੇ ਆਉਣਾ ਕਿਤੇ ਜੇ 15 ਮਿੰਟ ਹੋਰ ਰੱਖ ਲਿਆ ਵਾਪਸ ਉੱਤੇ ਚੜ ਜੂ समझदार लगते लेकिन फिर भी मेरा फर्ज है तुहानु समझाना जिंदर बड़ा इनोसेंट बच्चा है दंद कटदा है पर दंद कट भी देंदा है बाबा जी ठंड च ता घरे बह जा करो साडे जोड़ा जी बैठना है ओ किसे पासे साडियां भी चलन दिया कर चारे पासे आपदियां चलाई जाना हुण ता लै लै रिटायरमेंट ओ तेरे नाल दे मर के दोबारा जम के भी बीए कर गए ओए हुण सन्यास लै लै सन्यास लै लै तंदूलकर ने भी 40 साल दी उम्र च लै ले सी तू डबल कर गया क्यों तंग करदा मुंडिया नू ना तंग करन नू मैं उहनां नू कछ देने चाहुंदा ओ मालका मैं कम कराऊंगा ही पैसे क्यों नहीं देंदा पैसे ता फिर मर्जी नाल ही देई दे नाले तुसी लोकां पिछे लड़ाई करन नालों घरे बह के अरदास करया करो 2-4 घंटे रब थोड़ी उम्र वधावे 200 साल दा होके मरना है तेरी उम्र किन्नी है 30 साल थानी क्योंकि 17 साल दी अकल ना 17 साल दा हो के आउंदा है तेनू तो आई कम तेरा कुटिया है ठीक है जगी लौर तेरी फोन जी ये केड़ा बंदा जिन्हें मेरी इज्जत कर रहे आ रहे जी आ रहे ओए होए एडा मैला कोरियर आला मैं पहली बारी देखिया हां जी पाजी कोरियर है ले लो ओ मैं तो कभी किसी ने ईद मुबारक नहीं भेजा ये कोरियर किने भेजता है ये किते यूके गवर्नमेंट माफी नामा तो नहीं भेज दिता गलती नाल मैनू शादी का कार्ड लगता है ओए जिधर का व्याह है अम्मी अबू हाय हाय ओ किधर हो तुसी ओ की होया हल्का जा नची जाओ नची जाओ नची जाओ नची जाओ होया की है नहीं बोलने चाहिए ना मेरे यार जिंदर का व्याह है तू एडा खुश क्यों हो रहा तू कड़ा व्याह ते जाना पावे नहीं जाना मेरा यार है मैं खुशियां ते मना सकता हल्का जा अम्मी हल्का जा ਤੁਹਾਡਾ ਤੇ ਕੀ ਯਾਰ ਸੀ ਜਿਹਨੇ ਮਸੂਤੋ ਜੁੱਤੀ ਚੁੱਕ ਕੇ ਨਾ ਆਪਣੀ ਟੈਂਡ ਕਰਵਾ ਲਈ ਸੀ ਅਮੀ ਮੈਂ ਬੂਟੇ ਨੂੰ ਮਿਲ ਕੇ ਆਉਣਾ ਹਾਏ ਮੇਰੇ ਯਾਰ ਕੀ ਸ਼ਾਦੀ ਸਾਲ ਚ ਕੀ ਹਾਲੇ ਬਸਣਾ ਇਸਤਰੀ ਭਲਾ ਰਹੇ ਉਸਤਾਦ ਮਿੱਠੂ ਕਿੱਥੇ ਚੱਲਿਆ ਦੁਬਈ ਚੱਲਾ ਸਾਈਕਲ ਪੈਂਚਰ ਹੋ ਗਿਆ ਤੁਰ ਕੇ ਚਲਾ ਜਾ 2 ਕਦਮ ਤੇ ਦੁਬਈ ਪੈਂਦਾ ਦੁਬਈ ਨਹੀਂ ਪੈਂਦਾ ਬੈਂਕਾਕ ਪੈਂਦਾ ਜਿਹੜਾ ਤੇਰੇ ਪਿਓ ਨੇ 4-4 ਵਿਆਹ ਕਰਕੇ ਵਸਾਇਆ ਉਹ ਸ਼ਾਪਿੰਗ ਮਾਲ ਨੂੰ ਦੁਬਈ ਸਮਝਣ ਵਾਲੇ ਆ ਸਕਿਨ ਕਲਰ ਜਰਾਬਾ ਵਖਾ ਐ ਵੇਖੋ ਜੀ ਹੈ ਉਹ ਸਕਿਨ ਕਲਰ ਕਾਲੇ ਰੰਗ ਦੇ ਆਉਣ ਲੱਗ ਪਿਆ ਆ ਫੜ ਇਹਨਾਂ ਨਾਲ ਬਹੁਤੇ ਪੈਰ ਤੇ ਮੇਰੇ ਆਪਣੇ ਕਾਲੇ ਆ ਮਿੱਠੂ ਇਹ ਜਿੰਨੇ ਤੂੰ ਪੈਂਚਰਾਂ ਤੇ ਪੈਸੇ ਲਾ ਬੈਠਾ ਨਾ ਇੰਨੇ ਦੀ ਨਵੀਂ ਸਾਈਕਲ ਆ ਜਾਣੀ ਸੀ ਉਹ ਮੈਂ ਨਵੀਂ ਸਾਈਕਲ ਲੈ ਲਈ ਤੇ ਤੁਹਾਡੇ ਵਰਗੇ ਗਰੀਬਾਂ ਦੀ ਰੋਟੀ ਕਿੱਥੋਂ ਚੱਲਣੀ ਏ ਤੁਹਾਡੇ ਵਰਗੇ ਮੱਲੇਦਾਰਾਂ ਦੇ ਤਰਸ ਆਉਂਦਾ ਤਾਂ ਨਹੀਂ ਲੈਣਾ ਨਵੀਂ ਸਾਈਕਲ ਨਹੀਂ ਤੇਰੀ ਪੁਰਾਣੀ ਸਾਈਕਲ ਦੀ ਵਜ੍ਹਾ ਤੋਂ ਦੁਕਾਨਾਂ ਖੁੱਲੀਆਂ ਨੇ ਨਹੀਂ ਤੇ ਪੈਂਚਰਾਂ ਵਾਲੀਆਂ ਦੁਕਾਨਾਂ ਬੜੀ ਦੇਰ ਦੀਆਂ ਬੰਦ ਹੋ ਜਾਣੀਆਂ ਸੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਇਹਨੂੰ ਕੀ ਹੋਇਆ ਇਹਨੂੰ ਵਾਪਸ ਭੇਜ ਦੇ ਜਾਂ ਮੇਰੇ ਟਾਇਰ 2 ਪਾ ਦੇ ਮੈਂ ਇਹਦਾ ਮੂੰਹ ਨਹੀਂ ਵੇਖਣਾ ਚਾਹੁੰਦਾ ਤੇਰਾ ਮੂੰਹ ਵੇਖਣ ਲਈ ਤਾਂ ਲੋਕੀ ਮਰਨ ਦੇ ਨੇ ਨਾ ਜਿੰਨੇ ਮਰੇ ਨੇ ਇਹਦਾ ਮੂੰਹ ਵੇਖ ਕੇ ਮਰੇ ਨੇ ਆਖਰ ਲੋਕ ਹਮਾਰਾ ਚਿਹਰਾ ਹੀ ਤਾਂ ਦੇਖਦੇ ਆ ਉਸ ਤੋਂ ਬਾਅਦ ਬੇਹੋਸ਼ ਵੀ ਤਾਂ ਹੋ ਜਾਂਦੇ ਨੇ
ਗੱਲ ਸੁਣੋ ਮੇਰੀ, ਇੱਥੇ ਮੇਰੀ ਦੁਕਾਨ ਤੇ ਨਾ ਲੜਨਾ, ਮੇਰੇ ਬਿਜ਼ਨਸ ਤੇ ਫਰਕ ਪੈਂਦਾ। ਉਹ ਬਿਜ਼ਨਸ ਐਡੀ ਸੀ ਟਾਟਾ ਕੰਪਨੀ ਚਲਾਉਂਦੇ ਆ। ਦੇਖ ਤਬਰੇਜ਼, ਮੈਂ ਤੈਨੂੰ ਇੱਕ ਗੱਲ ਤੇ ਮਾਫ ਕਰ ਸਕਦਾ, ਪੱਠੇ ਤੋਂ 400 ਮੇਰੇ ਕੱਚ ਪਾ ਦੇ, ਮੈਂ ਦੂਸਰਾ ਖਾਣਾ ਬਣਾਉਣਾ। ਬੱਚੇ ਵੱਡੇ ਹੋ ਗਏ ਨੇ, ਹੁਣ ਬੱਚਿਆਂ ਸਾਹਮਣੇ ਨਹੀਂ ਨਹਾਇਆ ਜਾਂਦਾ। ਤੈਨੂੰ ਲੱਗਦਾ ਇਹ ਆਨੰਦ ਹੋਏਗਾ? ਵਾਹ ਬਈ ਵਾਹ, ਉਹ ਤੈਨੂੰ ਖੁਸ਼ਬੂ ਸੁਣ ਕੇ ਪਤਾ ਲੱਗਦਾ ਮੈਂ ਨਹੀਂ ਨਹਾਤਾ। ਉਹ ਤੁਸੀਂ ਇੱਥੇ ਗੱਲ ਕਰਨ ਆਇਆ ਕਿ ਸਾਬਣ ਦੀ ਮਜ਼ਦੂਰੀ ਕਰਨ ਆਏ ਹੋ? ਚੱਲ ਬੈ ਯਾਰ ਬੈ ਯਾਰ, ਮੈਂ ਖੁਸ਼ਖਬਰੀ ਦੇਣ ਆਇਆ ਸੀ, ਇਹਨੇ ਮੂਡ ਹੀ ਖਰਾਬ ਕਰਤਾ। ਇਹਦਾ ਮੂੰਹ ਛੱਡ ਤੇ ਮੇਰਾ ਮੂੰਹ ਵੇਖ ਕੇ ਦੱਸ ਕੀ ਇਹ ਖੁਸ਼ਖਬਰੀ? ਹੁਣ ਤਾਂ ਬਿਲਕੁਲ ਨਹੀਂ ਦਿਲ ਕਰ ਰਿਹਾ। ਉਹ ਜਿੰਦਰ ਦੀ ਸ਼ਾਦੀ ਏ, ਉਹਨੇ ਸ਼ਾਦੀ ਦਾ ਕਾਰਡ ਭੇਜਿਆ ਮੈਨੂੰ। ਤੂੰ ਤੇ ਇੰਜ ਖੁਸ਼ ਹੋਣ ਡਿਆ ਜਿਵੇਂ ਯੂਕੇ ਦਾ ਵੀਜ਼ਾ ਆ ਗਿਆ। ਜਿੰਦਰ ਦੀ ਸ਼ਾਦੀ ਦਾ ਕਾਰਡ? ਉਹਨੇ ਕਾਰਡ ਮੈਨੂੰ ਕਿਉਂ ਨਹੀਂ ਭੇਜਿਆ? ਵੇਖ ਲੈ, ਭੁੱਲ ਗਏ ਮੈਨੂੰ। ਉਹ ਬੂਟੇ ਐ ਪੈਂਚਰ ਲਾ, ਮੈਂ ਸਾਹਮਣੇ ਜ਼ਰਾ ਸਿਰ ਵਾ ਗਿਆ। ਨਵੀਂ ਸ਼ੇਖ ਵਸੀਮ ਦਾ ਪੁੱਤਰ ਹੁੰਦਾ, ਮੈਨੂੰ ਵੀ ਕਾਰਡ ਭੇਜਦਾ। ਓ ਯਾਰ ਤੂੰ ਪਾਗਲ ਹੋਇਆ, ਜਿੰਦਰ ਨੇ ਕਦੀ ਫਰਕ ਨਹੀਂ ਰੱਖਿਆ। ਅਸਲਾਮ ਵਾਲੇਕੁਮ ਜੀ, ਯੂਕੇ ਤੋਂ ਕੋਰੀਅਰ ਆਇਆ। ਸੁਣਾ, ਮੈਂ ਤੈਨੂੰ ਕਿਹਾ ਨਾ ਸਾਡਾ ਯਾਰ ਏ, ਜਿਹੜੀ ਗੱਲਾਂ ਤੂੰ ਕੀਤੀਆਂ ਨਾ ਉਹਨੂੰ ਪਤਾ ਲੱਗ ਜਾਣਾ, ਇੱਥੇ ਆ ਕੇ ਤੈਨੂੰ ਲਿੱਤਰ ਮਾਰੇ। ਤਬਰੇਜ਼, ਜਿੰਦਰ ਦੀ ਤੇ ਸੈਵੀ ਦੀ ਸ਼ਾਦੀ ਹੋ ਰਹੀ, ਬਹੁਤ ਅੱਛਾ ਹੋ ਰਿਹਾ ਯਾਰ। ਸੈਵੀ ਬੜੀ ਚੰਗੀ ਕੁੜੀ ਏ, ਜਿੰਦਰ ਨੂੰ ਸਾਂਭਲੇਗੀ। ਸੇਵੀ, ਮੈਂ ਸਟਾਫ ਕੋ ਬੋਲ ਦੂੰਗਾ, ਉਹ ਆਪਕੋ ਵੇਅਰ ਹਾਊਸ ਦਿਖਾ ਦੇਗਾ। ਥੈਂਕ ਯੂ। ਹਲੋ ਜੀ, ਚਾਏ ਗਰਮ ਚਾਏ ਗਰਮ ਚਾਏ ਗਰਮ। ਸੱਚ ਆ ਕਾਰਡ ਕੱਢ ਲਾ ਭਾਈ ਆਪਣਾ, ਐਵੇਂ ਜੇਬ ਚ ਰਹਿ ਜੂ। ਇਹ ਕੀ, ਤੂੰ ਤਾਂ ਕਹਿੰਦਾ ਸੀ ਕੈਸ਼ ਨਹੀਂ ਹੈਗਾ ਮੇਰੇ ਕੋਲੇ, ਹੈਂ? ਮੇਰੇ ਥੋੜਾ ਵਾ, ਇਹਦੇ ਚਾਚੇ ਦੇ ਸਮਾਨ ਲੈ ਕੇ ਜਾਣੇ। ਪਾ ਦੇ ਪਾ ਦੇ ਪਾ ਦੇ ਪਾ ਦੇ। ਝੂਠਾ ਗਿਆ। ਤੇ ਆ ਗ੍ਰੀਨ ਟੀ ਆ, ਤੇ ਆ ਮੇਰੀ ਕਾਫੀ ਵੱਧ ਮਿੱਠੇ ਵਾਲੀ। ਜਿੰਦਾ ਤੈਨੂੰ ਪਤਾ ਵਿਆਹ ਐਕਚੁਅਲੀ ਚ ਕਦੋਂ ਕੰਪਲੀਟ ਹੁੰਦਾ? ਹਾਂ, ਜਦੋਂ ਕੋਰਟ ਮੈਰਿਜ ਹੋ ਜਾਂਦੀ ਆ। ਫਾਈਲ ਤੇ ਬਾਅਦ ਹੀ ਲੱਗਦੀ ਆ ਨਾ। ਤੋ ਤੈਨੂੰ ਫਾਈਲ ਤੋਂ ਇਲਾਵਾ ਵੈਸੇ ਕੁਝ ਸੋਚਦਾ ਨਹੀਂ ਨਾ ਕਦੀ। ਵੈਸੇ ਮੈਨੂੰ ਪਤਾ ਤੂੰ ਇਹੋ ਜਿਹਾ ਨਹੀਂ ਆ ਜਿਹੋ ਜਿਹੀ ਗੱਲਾਂ ਕਰਦਾ, ਪਰ ਫਿਰ ਵੀ ਡਰਾ ਦਿੰਦਾ ਕਦੀ ਕਦੀ ਦਿਲ ਨੂੰ। ਏਦਾਂ ਲੱਗਦਾ ਕਿਤੇ ਛੱਡ ਕੇ ਤਾਂ ਨੀ ਭੱਜੇਗਾ ਬਾਅਦ ਚੋ। ਬਾਅਦ ਚੋ ਤੂੰ ਤੇਰਾ ਮਤਲਬ ਕਿੰਨਾ ਕ ਬਾਅਦ ਚੋ? ਕਿਉਂਕਿ 70-80 ਸਾਲ ਤੇ ਮੈਂ ਤੇਰੇ ਨਾਲ ਸੋਚਿਆ ਹੀ ਹੋਇਆ ਨਾ, ਗੱਲ ਨਹੀਂ ਗੱਲ ਨੇ ਦੰਦੀਆਂ ਨਾ ਕੱਢ, ਜਵਾਬ ਦੇ ਗੱਲ ਦਾ ਮੇਰੀ ਦਾ। ਉਹ ਮੇਰੀ ਗੱਲ ਸੁਣ ਬਾਬੂ, ਤੈਨੂੰ ਕੋਈ ਬ੍ਰਿਟਿਸ਼ ਪਾਸਪੋਰਟ ਵੇਖ ਕੇ ਤੈਨੂੰ ਪਸੰਦ ਨਹੀਂ ਕੀਤਾ? ਇਹ ਮੈਂ ਤੈਨੂੰ ਪਸੰਦ ਕੀਤਾ ਤੇ ਤੇਰੇ ਕੋਲ ਹੁਣ ਬ੍ਰਿਟਿਸ਼ ਪਾਸਪੋਰਟ ਨਿਕਲ ਆਇਆ ਵਾ, ਇਹ ਤੇ ਮੇਰਾ ਲੱਕ ਹੈ। ਹੁਣ ਇਹਦੀ ਥਾਂ ਤੇ ਤੇਰੇ ਕੋਲ ਕਰਜ਼ਾ ਵੀ ਹੋ ਸਕਦਾ, ਉਹ ਵੀ ਤੂੰ ਕਹਿਣਾ ਸੀ ਜਿੰਦਰਾ ਭਰ, ਮੈਂ ਭਰ ਨਹੀਂ ਪਲਾ। ਨਾ ਵੇਖ, ਆਹੀ ਤੇ ਅੰਡਰਸਟੈਂਡਿੰਗ ਹੁੰਦੀ ਹੈ। ਤੂੰ ਭਾਵੇਂ ਮੇਰੀ ਵੱਲੋਂ ਪਾਸਪੋਰਟ ਆਪਣਾ ਪਾਣੀ ਚ ਸੁੱਟ ਦੇ। ਕਿੰਨਾ ਮਾੜਾ ਨਾ ਵੈਸੇ ਤੂੰ, ਗੁੱਸੇ ਚ ਵੀ ਹਸਾ ਦਿੰਦਾ ਬੰਦੇ ਨੂੰ। ਅਗਲੇ ਮਹੀਨੇ ਵਿਆਹ ਸਾਡਾ, ਤੈਨੂੰ ਦੇਖ ਕੇ ਲੱਗਦਾ ਨੀ ਤੈਨੂੰ ਕੋਈ ਫਿਕਰ ਆ? ਮੈਨੂੰ ਨੀ ਫਿਕਰ, ਉਹ ਸਾਰਾ ਫਿਕਰ ਹੀ ਮੈਨੂੰ ਆ। ਸਵੇਰ ਦੀਆਂ 20 ਕਾਲਾਂ ਆ ਗਈਆਂ ਆਲੇ ਦੀਆਂ, ਭਾਜੀ ਐਡਵਾਂਸ ਦੇ ਦੋ, ਐਡਵਾਂਸ ਦੇ ਦੋ। ਤੂੰ ਉਹਨਾਂ ਨੇ ਐਡਵਾਂਸ ਨਹੀਂ ਦਿੱਤਾ ਹਜੇ? ਆਪਾਂ ਤਾਂ ਹਾਲ ਦਾ ਨਾਮ ਲਿਖ ਕੇ ਕਾਰਡ ਚ ਪਾ ਕੇ ਵੰਡ ਵੀ ਦਿੱਤੇ, ਤੂੰ ਉਹਨਾਂ ਦਾ ਐਡਵਾਂਸ ਨਹੀਂ ਦਿੱਤਾ? ਯਾਰ ਇਹੋ ਗੱਲ ਤੇ ਹੁਣ ਆਰਕੈਸਟਰੇ ਵਾਲੀ ਕਹੀ ਜਾਂਦੇ ਆ ਕਿ ਸਾਡਾ ਨਾਮ ਲਿਖਤਾ ਤੁਸੀਂ ਕਾਰਡਾਂ ਤੇ ਵੰਡ ਵੀ ਦਿੱਤੇ ਤੇ ਐਡਵਾਂਸ ਸਾਨੂੰ ਦਿੱਤਾ ਨੂੰ। ਜਿੰਦਰ, ਓ ਮਾਈ ਗੋਡ, ਆਰ ਯੂ ਸੀਰੀਅਸ? ਤੂੰ ਉਹਨਾਂ ਦਾ ਐਡਵਾਂਸ ਵੀ ਨਹੀਂ ਦਿੱਤਾ? ਨਹੀਂ ਜਿੰਦਰ, ਤੈਨੂੰ ਪਤਾ ਇੱਥੇ ਨਾ ਆਪਣਾ ਕੋਈ ਪਰਿਵਾਰ ਆ ਨਾ ਰਿਸ਼ਤੇਦਾਰ ਨੇ, ਜੇ ਲੇਡੀ ਸੰਗੀਤ ਵਾਲੇ ਵੀ ਨਾ ਆਏ ਤਾਂ ਵਿਆਹ ਕਿੰਨਾ ਸੁਣਨਾ ਸੁਣਨਾ ਹੋਊਗਾ ਸਾਡਾ। ਉਹ ਨਹੀਂ ਰਹਿੰਦਾ ਸੁਣਨਾ, ਢੋਲ ਚਾਚੇ ਨੇ ਵਜਾ ਲੈਣਾ ਤੇ ਠੁਮਕੇ ਚੌਧਰੀ ਤੋਂ ਵਧੀਆ ਕੋਈ ਨਹੀਂ ਲਾਉਂਦਾ। ਜਿੰਦਰ, ਮੈਂ ਤੈਨੂੰ ਦੱਸ ਰਹੀ ਹਾਂ, ਲਾਸਟ ਵਾਰਨਿੰਗ ਆ, ਜੇ ਤੂੰ ਵਿਆਹ ਦਾ ਇੱਕ ਇੱਕ ਪ੍ਰੋਮਿਸ ਪੂਰਾ ਨਾ ਕੀਤਾ ਨਾ, ਮੈਂ ਨਹੀਂ ਨੰਦਾ ਤੇ ਬਹਿਣਾ। ਉਹ ਤੇਰੇ ਸਾਰੇ ਚਾਅ ਪੂਰੇ ਕਰੂੰਗਾ,
हो सकता कोई एक अद्धा चाट पापड़ी का स्टाल रह जाए पर तेरे मुंह निकली कोई भी गल मैं रह नहीं देनी। तू इंज कर मैं लिखा ही दे की चाहिए मजाक ही कर रहा ना तू नहीं नहीं नोट कर दे सच्ची हां सब तो पहला ना डेकोरेशन लिख जिंदर ने तेरे 10 घंटे अपने खाते च पवा लिए तू फिर इस वारी मेरे आवर अपने खाते लगा लिया भरावा 127 घंटे हो गए तेरे ले यार फिर की हो गया हो गए ते बाद च जेड़ा शगन पाना ना पाई हुण मैनू ज्यादा लोड है वीर जी शगन नहीं पाया मैं धार दिते आ वापस चाहिए मेनू यार तेरे च इंसानियत मारी गई है आवे किन्ने खर्चे व्याह दे व्याह करने सौखे पैक दे गुरुआ मेनू लगता तू पागल हो जाना इथे व्याह बारे सोची जाना पागल होना नहीं मेनू लगता पागल हो गया मैं ते रात भी इहो सुपने आउंदे रहिंदे कदी लगता डोली आली कार चो तेल मुक गया कदी लगता घोड़ी आलिया थले घोड़ी खिंच ली कदी लगता केटरिंग आला लोकां तों रोटियां दी प्लेटां खोण डिया तेनू आवर दी लोड़ नहीं तेनू डाक्टर दी लोड़ आ ਤਬਰੇਜ਼ ਖੈਰ ਕੀ ਸੋਚਣ ਨੇ ਆ ਯਾਰ ਬੂਟੇ ਅੱਬਾ ਠੀਕ ਕਹਿੰਦਾ ਸੀ ਜੇ ਅਸੀਂ ਯੂਕੇ ਸੈੱਟ ਹੋ ਜਾਂਦੇ ਤੇ ਕਿੰਨਾ ਚੰਗਾ ਹੁੰਦਾ ਤੇ ਹੋਰ ਕੀ ਵੇਖਦਾ ਯੂਕੇ ਤੋਂ 20 ਪਾਉਂਡ ਪਾਈਦੇ ਸੀ ਤੇ ਪੂਰੇ ਮਹੀਨੇ ਦਾ ਖਰਚਾ ਨਿਕਲ ਜਾਂਦਾ ਸੀ ਤੇ ਹੁਣ ਇੰਨੀ ਗੁੰਜਾਇਸ਼ ਨਹੀਂ ਕੋਈ ਸ਼ਹਿਰ ਵੇਚ ਕੇ ਅਸੀਂ ਯੂਕੇ ਵਾਪਸ ਚਲੇ ਜਾਈਏ ਯਾਰ ਜਿੰਦਰ ਨਾਲ ਗੱਲ ਨਾ ਕਰੀਏ ਜੇ ਜਿੰਦਰ ਸਾਹਿਬ ਨੂੰ ਕਹਿ ਦੇਵੇ ਕਿ 10-20,000 ਪਾਉਂਡ ਸਾਨੂੰ ਕਰਜ਼ਾ ਦੇ ਦਿੰਦੀ ਏ ਤੇ ਵਾਪਸ ਜਾ ਕੇ ਦੇ ਦੇਣਗੇ ਹਾਂ ਯਾਰ ਉਥੇ ਤੇ ਕਰਜ਼ਾ ਲੈਣ ਲੱਗੇ ਟਾਈਮ ਹੀ ਨਹੀਂ ਲੱਗਦਾ ਐ ਲੈ ਜਿੰਦਰ ਦਾ ਹੀ ਫੋਨ ਹੈ ਰੱਬ ਵੀ ਚਾਹੁੰਦਾ ਅਸੀਂ ਬਾਹਰ ਚਲੇ ਜਾਈਏ ਹੈਲੋ ਕਮਰੇ ਦੀ ਬਾਤ ਕਰ ਰਹੇ ਹੋ ਯਾਰ ਕਿਉਂ ਖੂਨ ਸੜਦਾ ਰਹਿੰਦਾ ਹੈ ਇੱਥੇ ਤੇਰੀ ਛੋਟੀ ਭੈਣ ਗੰਜੀ ਬੈਠੀ ਹੈ ਮੈਂ ਇਹਦੀ ਟਿੰਡ ਭੰਨ ਦੇਣੀ ਮੈਂ ਤੈਨੂੰ ਫੋਨ ਕਰਨ ਹੀ ਆਲਾ ਸੀ ਕੰਮ ਹੈ ਤੇਰਾ ਯਾਰ ਅੱਛਾ ਮੈਨੂੰ ਆਪ ਕੰਮ ਹੀ ਯਾਰ ਤੇਰਨਾ ਚੱਲ ਤੂੰ ਦੱਸ ਪਹਿਲਾਂ ਕੀ ਕੰਮ ਹੈ ਯਾਰ ਮੈਂ ਸੋਚ ਰਿਹਾ ਕਿ ਮੈਂ ਬਾਹਰ ਚਲਾ ਜਾਵਾਂ USA UK ਕਿੱਥੇ ਵੀ ਪਤਾ ਕੀ ਹੁਣ ਘਰ ਵਾਲੇ ਕੋਲ ਨਾ ਇੰਨੀ ਗੁੰਜਾਇਸ਼ ਨਹੀਂ ਕਿ ਮੈਂ ਬਾਰ ਬਾਰ ਉਹਨਾਂ ਕੋਲ ਪੈਸੇ ਮੰਗਾ ਇਹ ਤੇ ਹੈ ਗੱਲ ਤੇ ਜੇਕਰ ਤੂੰ ਸੈਵੀ ਨੂੰ ਕਹਿ ਕੇ 10-20,000 ਪਾਉਂਡ ਸਾਨੂੰ ਲੈ ਦੇਵੇਂ ਕਰਜ਼ ਤੇ ਉੱਥੇ ਆ ਕੇ ਉਤਾਰ ਦੇਵਾਂਗੇ 10-20,000 ਯਾਰ ਉਹਦੀ ਤੇ ਆਪ ਵਿਚਾਰੇ ਦੀ ਨਵੀਂ ਨਵੀਂ ਨੌਕਰੀ ਲੱਗੀ ਆ ਉਹਨੂੰ ਕੀ ਪੁੱਛਾਂ ਮੈਂ ਦੇਖ ਲਈ ਯਾਰ ਅਗਰ ਕੁਛ ਹੋ ਸਕਦਾ ਤੇ ਮੈਂ ਤੇ ਆਪ ਤੇਰੇ ਤੋਂ ਮੰਗਣ ਵਾਸਤੇ ਫੋਨ ਕੀਤਾ ਸੀ ਓਕੇ ਬਾਏ ਯਾਰ ਤੂੰ ਤੇ ਕਿਸੇ ਹੋਰ ਮੁਲਕ ਵੀ ਜਾ ਸਕਣਾ ਇੰਨੇ ਪੈਸੇ ਤੇ ਤੇਰਾ ਅੱਬਾ ਲਾ ਸਕਦਾ ਮੇਰਾ ਦਿਲ ਨਹੀਂ ਕਰਦਾ ਹੁਣ ਉਹਦੇ ਕੋਲ ਪੈਸੇ ਮੰਗਾ ਮੈਂ ਹੋਰ ਤੈਨੂੰ ਕਿਸੇ ਦੇਣੇ ਵੀ ਨਹੀਂ ਮੇਰੀ ਗੱਲ ਮੰਨ ਨੂੰ ਤੇ ਇੱਕ ਵਾਰੀ ਕੌੜਾ ਘੁੱਟ ਭਰ ਤੇ ਫੜ ਲਾ ਅੱਬੂ ਦੇ ਪੈਰ ਅੱਬਾ ਜੀ ਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਬਾ ਜੀ ਮੈਂ ਬਾਹਰ ਜਾਣਾ ਪੁੱਤਰ ਮੋਟਰਸਾਈਕਲ ਨਾਲ ਲੈ ਕੇ ਜਾਈ ਮੈਂ ਵੀ ਜਾਣਾ ਅੱਬਾ ਜੀ ਮੈਂ ਬਾਹਰ ਉਦਾਂ ਹੀ ਲੈਣ ਨਹੀਂ ਚੱਲਾ ਮੈਂ UK ਦੀ ਗੱਲ ਕਰ ਰਿਹਾ ਅੱਬਾ ਜੀ ਕੋਈ ਜਵਾਬ ਵੀ ਦੇਈਦਾ ਹੁੰਦਾ ਕੋਈ ਹੂੰ ਆ ਵੀ ਕਰੀਦੀ ਹੁੰਦੀ ਹੈ ਕਾਕਾ ਜਿਸ ਗੱਲ ਦਾ ਜਵਾਬ ਨਾ ਨਾ ਦਈਏ ਉਹਨੂੰ ਜਵਾਬ ਹੀ ਸਮਝੀਦਾ ਹੁੰਦਾ ਉਹ ਪਾਗਾਲੀਏ ਕਬ ਚਾਹ ਦਾ ਦੇ ਮੈਂ ਤਾਂ ਜਾਵਾਂ ਅੱਬਾ ਜੀ ਤੁਸੀਂ ਮੇਰੀ ਗੱਲ ਤੇ ਨਾ ਗੌਰ ਨਹੀਂ ਕਰ ਰਹੇ ਪੁੱਤਰ ਤੂੰ ਗੱਲ ਨਹੀਂ ਕਰਦਾ ਤੂੰ ਮਜ਼ਾਕ ਕਰ ਰਿਹਾ ਅੱਬਾ ਜੀ ਮੈਂ ਸੀਰੀਅਸ ਹਾਂ ਮੈਂ UK ਜਾਣਾ ਹੀ ਜਾਣਾ ਮੈਂ ਕੋਈ ਚੀਜ਼ ਤੇਰੇ ਸਿਰ 'ਚ ਮਾਰ ਦੇਣੀ ਹੈ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ UK ਜਾਣਾ ਤੂੰ ਪਹਿਲੇ ਬੜਾ ਤੂੰ UK ਚੰਨ ਚੜ ਕੇ ਆਇਆ ਜਿਹੜਾ ਦੂਜੀ ਵਾਰੀ ਜਾ ਕੇ ਚੜਨਾ ਅੱਬਾ ਜੀ ਉਦੋਂ ਮੈਨੂੰ ਸਮਝ ਨਹੀਂ ਸੀ ਹੁਣ ਮੈਨੂੰ ਪਤਾ ਲੱਗ ਗਿਆ ਮੇਰਾ ਇੱਥੇ ਕੁਝ ਵੀ ਨਹੀਂ ਬਣਨਾ ਅੱਲਾ ਮੇਰਾ ਜਾਣਦਾ ਤੇਰਾ ਕਿਤੇ ਵੀ ਕੁਝ ਨਹੀਂ ਬਣਨਾ ਜਾ ਤੂੰ ਭਾਉ ਪੱਠੇ ਤੇ ਮੈਂ ਨਹੀਂ ਜਾਣਾ ਮੈਂ ਤੈਨੂੰ ਕਹਿੰਦਾ ਜਾ ਚਲਾ ਜਾ ਕੀ ਕਰ ਲੇਗਾ ਫਿਰ ਤੂੰ ਦੱਸਾਂ ਤੈਨੂੰ ਮੈਂ ਹਾਂ ਕੀ ਅੱਬਾ ਮਾਮਾ ਕੀ ਗੱਲ ਹੈ ਨਵੀਆਂ ਜੁੱਤੀਆਂ ਸੁੱਟਣ ਨੇ ਸਾਇਦ ਛੋਟਾ ਆ ਗਿਆ ਆ ਦੂਸਰੀ ਸੁੱਟ ਜਰਾ ਮੈਂ ਪਾ ਕੇ ਵੇਖਾਂ ਉਹ ਸੁੱਟੀ ਨਹੀਂ ਸੀ ਐਸ ਚਵਲ ਨੂੰ ਮਾਰੀ ਉਹ ਤੈਨੂੰ ਲੱਗ ਗਈ ਇਹ ਵੀ ਚਵਲ ਹੈ ਤੇ ਕਿਹੜਾ ਟੀਪੂ ਸੁਲਤਾਨ ਹੈ ਇਹ ਮਿੱਠੂ ਮਾਮੇ ਕੋਲ ਇੱਟਾਂ ਸਪਾਈਆਂ ਸੀ ਪੈਸੇ ਕਿਉਂ ਨਹੀਂ ਦਿੱਤੇ ਵੇ ਉਹ ਦੇ ਦਿਆਂਗੇ ਮਾਮੀ ਪੈਸੇ ਭੱਜ ਚਲੇ ਆ ਅੰਮੀ
अमिठू को पूछ लै ये कहना तू यूके चला गया ना अपनी भैन का व्याह मैं तेरे ना कर देंगा। और यूके जो डिपोर्ट होके आया इनू चवल नू यूके का वीजा कौन दिंदा है? तू डिपोर्ट होया और तू तो मेनू कैसे मैं छुट्टियां है? हर कोई बंदा यूके का वीजा लैके नहीं जांदा। ए बेवकूफा वालियां गल्लां अपने दिमाग चो कढ़ दे। जे तैनू कोई बंदा यूके दे विच बाड़ दे मैं अपना सिर मना दूंगा। मामा वैसे सिर मनाने वाला तो नहीं है पाड़न वाला है। ओ तबरेज़ तू का मुंह लमकाया अगे ही पहले लमक गया थोड़ा जा मुंह परेशान क्यों होने है? मेरा एक बंदा वाकफ है दो नंबर तरीके ना यूके भेजता बस इस्लामाबाद गया रात नू नहीं आना कल गल करा देगा। यार अज ही करवा दे क्योंकि मैं यूके छेती जाना चाहना। वो एडी छेती तेनू कह दी यार यूके को टूटी खुली छड़ है यार टूटी बंद हो खुली हो तू कड़ा ना आना लवी तू मेनू पछाण लिया तेरी मुलाकात मैं अज ही करावांगा। अज ही ऐ रहा जी अफ्रीका। ऐ अफ्रीका जी? हां जी। ए जी ऑस्ट्रेलिया किथे गा? ऑस्ट्रेलिया जी ऐ रहा। ऑस्ट्रेलिया? हां जी। चिनवान नहीं जवाब दिता ना? नहीं ओ लड़िया वैसे नहीं जाया मिठू वर्गा बंदा नक्शा वेख के ना दोस्तों नु कहन दिया हुंदा बड़ी दुनिया फिरी यार। अच्छा यार मैं तुहाडा रूट पढ़ाना जरा। रूट पाओ जी जरा वधिया जिहा बनाना। बंदा उतर के चिप्स बोतल कोई जूस कोई समोसे ही खा लैंदा। पहले मैं लवावांगा तुहाडी यूरोप दी टंकी। हां जी हां जी। ਉੱਥੋਂ ਦੋ ਘੰਟੇ ਚ ਫਰਾਂਸ ਤੋਂ ਯੂਕੇ। ਤੈਨੂੰ ਲੱਗਦਾ ਬੰਦਾ ਸਾਨੂੰ ਬਾਹਰ ਭੇਜ ਦੇ? ਕੋਈ ਬਦਤਮੀਜ਼ੀ ਕਰ ਹੁਣੇ ਤੈਨੂੰ ਬਾਹਰ ਭੇਜ ਦੇ। ਅੱਛਾ ਬਾਊ ਜੀ ਇਹ ਖਰਚਾ ਕਿੰਨਾ? 10 ਲੱਖ। ਦੋਵਾਂ ਦਾ? ਨਹੀਂ ਜੀ ਪੂਰੇ ਪਿੰਡ ਦਾ। ਨਹੀਂ ਸਾਰੇ ਪਿੰਡ ਦੀ ਟਿਕਟਾਂ ਕੌਣ ਭਰੇਗਾ? ਉਹ ਟਿਕਟਾਂ ਤੇ ਭਰ ਲੈਣਗੇ ਇਹਨੇ ਜਹਾਜ਼ ਚ ਕੰਬਲ ਕੌਣ ਦੇਗਾ? ਅਸੀਂ ਯਾਰ ਦੇ ਵਿਆਹ ਜਾਣਾ ਆਪਣੀ ਬਰਾਤ ਲੈ ਕੇ ਨੀ ਜਾਣਾ ਪੂਰੇ ਪਿੰਡ ਦਾ। ਯਾਰ 10 ਲੱਖ ਇੱਕ ਬੰਦੇ ਦਾ? 10 ਲੱਖ ਚ ਆਂਦਾ ਕੀ ਏ? ਆਂਦਾ ਕਿਉਂ ਨੀ ਜੀ ਕੁਛ? 10 ਲੱਖ ਦਾ ਕੈਸ਼ ਦੇ ਕੇ ਨਵੀਂ ਘਰ ਵਾਲੀ ਲੈ ਆਵੋ। ਆਹੋ ਲੱਖ ਸਵਾ ਲੱਖ ਹੋਰ ਦਿਓ ਦੋ ਬੱਚੇ ਵੀ ਲੈ ਆਵੋ। ਮਿੱਠੂ ਪਹਿਲੀ ਭਾਬੀ ਅਸੀਂ 1800 ਦੀ ਨਹੀਂ ਸੀ ਲਈ ਉਹ ਮਰੇ ਸਮੇਂ ਸਨ। ਬਾਊ ਜੀ ਸਹੀ ਸਹੀ ਪੈਸੇ ਲਾਓ ਅਸੀਂ ਤਿੰਨੇ ਚਲੇ ਜਾਵਾਂਗੇ। ਇਹ ਭਾਜੀ ਤੁਹਾਡੇ ਕੀ ਲੱਗਦੇ ਨੇ? ਬਾਊ ਜੀ ਸਮਝੋ ਇਹ ਚਲਾ ਗਿਆ ਨਾ ਯੂਕੇ ਤੇ ਮੇਰਾ ਜੀਜਾ। ਵੀਜ਼ੇ ਦੇ ਚੱਕਰ ਵਿੱਚ ਜੀਜਾ ਨਾ ਬਣਾ ਮੈਂ ਤੇਰੇ ਪੈਸੇ ਨਹੀਂ ਦੇਣੇ। ਚੱਲ ਫਿਰ 1000 ਟਫੋਰਸ ਦਾ ਗੁਸਲਖਾਨਾ ਦੇ ਨਾਲ ਮੈਂ ਬਣਾਵਾਂਗਾ ਸਟੋਰ ਮੀਂਹ ਗਣੇ ਚ ਉੱਥੇ ਮੰਜੀਆਂ ਰੱਖਿਆ ਕਰਾਂਗੇ। ਅੱਧੇ ਮਰਲੇ ਤੇਰਾ ਪੂਰਾ ਘਰ ਹੈ 19 ਇੱਟ ਸਟਾਹ ਜਿੰਨੀ ਲੱਗਣੀ ਹੈ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ। ਸ਼ਹਿਲੋ ਭਾਈ ਜਾਨ ਅੱਛਾ ਗਾਲ ਨਹੀਂ ਕੱਢਣੀ ਮੇਰੇ ਬੱਚੇ ਸੁੱਤੇ ਨੇ। ਯਾਰ ਕੀ ਸੋਚਿਆ ਤੁਸੀਂ? ਸਰ ਸੋਚਿਆ ਤੇ ਡਨ ਡਨ ਸਰ ਡਨ ਡਨ ਡਨ। ਚਲੋ ਫਿਰ ਤੁਹਾਨੂੰ ਯੂਕੇ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ। ਆਪਣੇ ਕੋ ਪੈਣ ਦੇ ਭਰਾਓ ਤੁਸੀਂ ਦੇਖ ਰਹੇ ਹੋ ਸੀ ਬਲਾਲ ਸ਼ੋ ਸਲਾਮਾਂ। ਮੇਰੀ ਸਕਰੀਨ ਦੇ ਉੱਤੇ ਮੇਰਾ ਈਮੇਲ ਐਡਰੈਸ ਚੱਲ ਰਿਹਾ ਹੈ, ਟੈਲੀਫੋਨ ਨੰਬਰ ਚੱਲ ਰਿਹਾ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, ਆਪਣੀਆਂ ਪ੍ਰੋਬਲਮਾਂ ਦੱਸ ਕੇ ਤੇ ਮੇਰੇ ਕੋਲੋਂ ਹੱਲ ਕਰਵਾ ਸਕਦੇ ਹੋ। ਤੇ ਵੇਖਨੇ ਆ ਕਿ ਅੱਜ ਦਾ ਕਿਹੜਾ ਖੁਸ਼ ਨਸੀਬ ਏ ਸਾਡੀ ਪਹਿਲੀ ਕਾਲ ਤੇ ਜਿਹਦੀ ਆਵਾਜ਼ ਸਾਡੇ ਕੰਨਾਂ ਚ ਮਿੱਠੀ ਮਿੱਠੀ ਪੈਣ ਵਾਲੀ ਏ। ਜੀ ਕੀ ਹਾਲ ਭਾਜੀ? ਵਧੀਆ ਜੀ ਵਧੀਆ ਵਧੀਆ। ਓ ਭਾਜੀ ਤੁਹਾਡਾ ਪ੍ਰੋਗਰਾਮ ਸੁਣਦਾ ਸਵਾਲ ਆਇਆ ਦਾ ਭਾਜੀ। ਓ ਜਿਉਂਦੇ ਰਹੋ ਜੀ ਜਿਉਂਦੇ ਰਹੋ ਭਾਜੀ। 30-35 ਜਣੇ ਬੈਠੇ ਨੇ। ਅੱਛਾ ਜੀ 30-35 ਜਣੇ ਸੁਣ ਰਹੇ ਜੇ ਤੇ ਭਾਜੀ ਸਲਾਹ ਲੈਣੀ ਸੀ ਆਪਾਂ ਹੁਣ ਪਹਿਲਾਂ ਡੌਂਕੀ ਲਵਾਈ ਦੀ ਇਧਰੋਂ ਖਾਸ ਲੋ। ਆ ਬਾ ਆਪਣਾ ਕਾਕਾ ਅਸੀਂ ਨਹੀਂ 2 ਨੰਬਰ ਕੰਮ ਕਰਦੇ, ਡੌਂਕੀ ਡੂੰਕੀ ਨਹੀਂ ਲਵਾਉਂਦੇ ਅਸੀਂ। 20 ਬੰਦਿਆਂ ਦੀ ਘੱਟੋ ਘੱਟ? ਨਹੀਂ ਬੇਟਾ ਨਹੀਂ ਨਹੀਂ। ਓ 10 ਲੱਖ ਰੁਪਿਆ ਪਰ ਬੰਦਾ। ਆਪਾਂ ਕੀ ਕਿੰਨਾ? 10 ਲੱਖ ਦੇਵਾਂਗੇ ਪਰ ਬੰਦਾ। ਨਾ ਨਾ ਪੁੱਤ ਨਾ ਬੰਦ ਕਰ ਫੋਨ। ਹੈਲੋ ਸੈਕਟਰੀ, ਇਹ ਜਿਹੜੀ ਲਾਸਟ ਕਾਲ ਆਈ ਹੈ ਨਾ ਫਟਾਫਟ ਇਹਨੂੰ ਮੇਰਾ ਨੰਬਰ ਦੇ, ਮੇਰਾ ਪਰਸਨਲ ਨੰਬਰ ਦੇ, ਫਟਾਫਟ ਕਰ। ਆਪਣਾ ਕਾਕਾ ਇਹਨੂੰ ਕੱਟ ਕਰ ਦੇ। ਇਹ ਲਾਈ ਬਸ। ਅਜੇ ਮੇਰਾ ਕਹਿਣ ਦਾ ਮਤਲਬ ਹੈ ਕਿ ਕੁਝ ਲੋਕ ਕਰਦੇ ਹੁੰਦੇ ਨੇ ਪੁੱਠੇ ਸਿੱਧੇ ਸਵਾਲ, ਫਿਰ ਉਹਨਾਂ ਦਾ ਜਵਾਬ ਸਿੱਧਾ ਕਰਨਾ ਪੈਂਦਾ ਤੇ ਵੇਖਨੇ ਆ ਕਿ ਸਾਡੇ ਨਾਲ ਅਗਲਾ ਲਰ ਕੌਣ ਹੈ। ਜੀ ਭਾਜੀ ਕਿੱਦਾਂ? ਵਧੀਆ ਜੀ ਵਧੀਆ ਭਾਜੀ। ਬਰਾਡ ਸਟਰੀਟ ਬਰਮਿੰਗਮ ਤੋਂ ਬੋਲ ਰਿਹਾ। ਅੱਛਾ ਜੀ ਭਾਜੀ, ਆਪਣਾ ਕਲੱਬ ਆ, ਆਪਣੇ ਕਲੱਬ ਦੇ ਵਿੱਚ ਭੰਗੜਾ ਗਿੱਧਾ ਡਾਂਸ ਸਭ ਕੁਝ ਚੱਲਦਾ ਭਾਜੀ, ਤੇ ਸ਼ਾਮ ਨੂੰ ਉੱਥੇ ਪ੍ਰੋਗਰਾਮ ਕਰਨ ਜਾ ਰਿਹਾ, ਢੋਲੀ ਵੀ ਆਉਣੇ ਆ, ਤੇ ਭਾਜੀ ਲੋਕਾਂ ਨੂੰ ਕਹਿ ਦਿਓ ਕਿ ਪਹੁੰਚ ਜਾਣ ਸ਼ਾਮ ਨੂੰ ਟਾਈਮ ਨਾਲ, ਆ ਮਸ਼ਹੂਰੀ ਕਰ ਦਿਓ ਸਾਡੀ, ਆਜੋ ਪਹੁੰਚੋ 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 ਭਾਜੀ ਕਹਿ ਦਿਓ ਮਾੜਾ ਜਿਹਾ। ਯਾਨੀ ਕਿ ਤੇਰੀ ਮੁਫਤ ਮਸ਼ਹੂਰੀ ਕਰਦੇ ਆ, ਅੰਨੀ ਦਿਓ ਤੇ ਤੂੰ ਆਪ ਕਹਿਤਾ। ਹਾਂਜੀ ਸਾਰਾ ਕੁਝ ਤੇ ਤੂੰ ਆਪ ਕਹਿਤਾ, ਬੰਦ ਕਰ ਫੋਨ। ਢੋਲੀ ਤੋਂ ਮੈਨੂੰ ਯਾਦ ਆਇਆ, ਢੋਲੀ ਨੇ ਮੇਰੇ ਵੀ ਤੇ ਪੈਸੇ ਦੇਣੇ ਨੇ, ਕਾਸ਼ ਕਿਤੇ ਉਹ ਮੇਰਾ ਪ੍ਰੋਗਰਾਮ ਵੇਖ ਰਿਹਾ ਹੋਵੇ ਜਾਂ ਸੁਣ ਰਿਹਾ ਹੋਵੇ, ਸ਼ਾਇਦ ਉਹਨੂੰ ਗੈਰਤ ਆ ਜਾਵੇ ਕਿ ਆ ਕੇ ਮੇਰੇ ਪੈਸੇ ਦੇ ਦੇਵੇ। ਚਾਚਾ ਮੁੱਛਾਂ ਸਾਫ ਕਰ ਲਓ, ਪਤਾ ਲੱਗ ਜਾਣਾ ਅੰਦਰੋਂ ਖਾ ਕੇ ਆਇਆ।
ਯਾਰ ਕਹਿੰਦੇ ਆਪਣਾ ਹੀ ਬੰਦਾ ਆਏ ਨੂੰ ਵੀ ਭਰਾਵਾ ਕਹਿੰਦੇ 6 ਮਹੀਨੇ ਹੋਏ ਆ ਬੜੀ ਗਰੋਥ ਕੀਤੀ ਯਾਰ ਇਹਨੇ ਹੋਰ ਨੂੰ ਫਿਰ ਕੀ ਨਹੀਂ ਹੋ ਸਕਦਾ ਕਿਤੇ ਉਹ ਚਾਚਾ 6 ਮਹੀਨੇ ਚ ਕੀ ਹੁੰਦਾ 6 ਮਹੀਨੇ ਚ ਲਾਇਸੈਂਸ ਨਹੀਂ ਬਣਦਾ ਯੂਕੇ ਚ ਉਹ ਤਾਂ ਹੈ ਪਰ ਪਿੱਛੋਂ ਅਮੀਰ ਹੋਣਾ ਲੱਗਦਾ ਮੈਨੂੰ ਲੱਗਦਾ 2 ਨੰਬਰ ਹੀ ਹੋਣਾ ਗੁੱਡ ਮਾਰਨਿੰਗ ਸਰ ਬ੍ਰੌਡਸ਼ੀਟ ਦੇ ਨਾਲ ਹੀ ਆ ਉਹ ਤੂੰ ਮੈਨੂੰ ਦੱਸੇਗਾ ਫੜ ਕੇ ਭਾਜੀ 50 ਪਾਉਂਡ ਥੋੜੇ ਆ ਆਲਾ ਹੋਰ ਲੈ ਉਹ ਭੁੱਖ ਦੀ ਵਜ੍ਹਾ ਤੋਂ ਅੱਲਾ ਤੋਂ ਮੌਤ ਮੰਗਣ ਵਾਲੇ ਆ ਗਰੀਬਾ ਫੜ ਤੁਵੀਂ ਆਲਾ ਮਿਹਨਤ ਕਰਿਆ ਕਰੋ ਮਿਹਨਤ ਆ ਮਿਹਨਤ ਨਾਲ ਅੱਲਾ ਭਾਗ ਲਾਉਂਦਾ ਗਾਲੀਏ ਮਹਾ ਮੇਰੇ ਕੱਪੜੇ ਕਰ ਦੇ ਮੈਂ ਜਰਾ ਬੈਂਕ ਜਾਣਾ ਅੱਬਾ ਬੈਂਕ ਚੱਲਿਆ ਅੱਬਾ ਤੂੰ ਕੀ ਕਰਦੇ ਵਿੱਚ ਤਾਰਜ਼ਨ ਬਣ ਕੇ ਫਿਰੀ ਜਾਂਦਾ ਓ ਜਾਨ ਹੀ ਕੱਟ ਦਿੱਤੀ ਗੱਲ ਹੀ ਭੁੱਲ ਗਿਆ ਕਹਿਣ ਕੀ ਆਇਆ ਸੀ ਅੱਬਾ ਜੀ ਕੱਪੜੇ ਲਾ ਕੇ ਨਾਨ ਚੱਲੇ ਹੋ ਤੂੰ ਕੱਪੜੇ ਪਾ ਕੇ ਨਹਾਉਣਾ ਅੱਬਾ ਜੀ ਮੈਂ ਵੀ ਲਾ ਕੇ ਨਹਾਉਣਾ ਲੇਕਿਨ ਵਿਹੜੇ ਤੁਹਾਡੇ ਤਰ੍ਹਾਂ ਸੋਮ ਪਲਵਾਨ ਬਣ ਕੇ ਨਹੀਂ ਫਿਰਦਾ ਇੱਕ ਮਿੰਟ ਠਹਿਰੋ ਇੱਧਰ ਆਓ ਅੱਬਾ ਜੀ ਅੱਛਾ ਨਹੀਂ ਲੱਗਦਾ ਨਾ ਇੱਥੇ ਆਓ ਅੱਬਾ ਜੀ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਉਣਾ ਚਾਹੁੰਦਾ ਘਰ ਛੱਡ ਕੇ ਚੱਲਣਾ ਆਹੋ ਕੀ ਹੋ ਗਿਆ ਤੁਹਾਨੂੰ ਸਵੇਰੇ ਸਵੇਰੇ ਮੂੰਹ ਚ ਅੱਗ ਕੱਢਣ ਲੱਗ ਜਾਂਦੇ ਹੋ ਮੇਰਾ ਅੱਬਾ ਕਿਸੇ ਡਰੈਕੋਲਾ ਤੋਂ ਕੱਟੇ ਕੀ ਖੁਸ਼ਖਬਰੀ ਕਾਕਾ ਅੱਬਾ ਜੀ 20 ਲੱਖ ਰੁਪਏ ਚਾਹੀਦੇ ਇਹੋ ਜਿਹੀ ਖੁਸ਼ਖਬਰੀ ਨਾਲ ਨਾ ਬੰਦੇ ਨੂੰ ਹਾਰਟ ਅਟੈਕ ਆ ਜਾਂਦਾ ਚਲੋ ਪੈਸੇ ਘੱਟ ਕਰ ਲੋ ਯਾਨੀ ਐਂਜਾਈਨਾ ਪੇਨ ਕਰਾ ਲਾ ਇਹੋ ਜਿਹੀ ਖੁਸ਼ਖਬਰੀ ਤੋਂ ਆਪਣੇ ਕੋਲ ਰੱਖ ਅੱਬਾ ਜੀ ਮੈਂ ਨਾ ਬਿਜ਼ਨਸ ਕਰਨਾ ਚਾਹੁੰਦਾ ਮੈਂ ਯੂਕੇ ਹੁਣ ਨਹੀਂ ਜਾਣਾ ਹਾਏ ਕਾਕਾ ਇਸ ਬਿਜ਼ਨਸ ਨਾਲੋਂ ਚੰਗਾ ਭਈ ਤੂੰ ਯੂਕੇ ਚਲਾ ਜਾ ਕਿਉਂਕਿ ਉਹ ਮੈਨੂੰ ਸਸਤਾ ਪੈਣਾ ਅੱਬਾ ਜੀ ਏਜੰਟ ਨਾਲ ਮੇਰੀ ਗੱਲ ਹੋਈ ਏ ਉਹ 20 ਲੱਖ ਰੁਪਏ ਮੰਗਣ ਡਿਆ ਅੱਬਾ ਜੀ ਮੈਂ ਸੋਚ ਲਿਆ ਮੈਂ ਉਹਨੂੰ ਆਪਣੇ ਪਿਓ ਦੇ ਪੈਸੇ ਜ਼ਾਇਆ ਨਹੀਂ ਕਰਨੇ
मैं कुछ करके दिखावांगा। शाबाश, कुछ मेरा पुत हल्का ये करके दिखा दे। अब भाई मैं तो कोई एटम सॉन्ग करके नहीं दिखाना, मैं अपना काम खोलना है। हाँ पुत, तेरा काम खुले या ना खुले मेरा बंद हो जाना, चुप करके औते पटे दे चल। अबा जी उसे जाके मैं मोटरसाइकिल चलावा या चिमनी चिबड़ के खोले फूके मारा। अबा जी मैं यूके च बिजनेस सीख के आया और तुम भी सिखावगा, तुम दसागा पैसा किवे कमाई दे। अच्छो, हमेशा तो यही कहना थानू बिजनेस दे वाल सिखावगा, सानू वो सिखाउंदा जिहदे नाल उजाड़ा हो जाए साडा। अम्मी तू की वेड़े च पासियां दे जांदी है, अब मैनू क्या है कोई गल ते कर। मैं क्या जी, दे दो मुंडे नू पैसे, हो सकदा रब सुन ले ते मुंडा पैरा ते खलो जे। ओ ए पैरा ते खड़ोता या ना खड़ोता, मेरे दरवाजे ते करजे ले खड़ो जाना। दसो की काम करना चाहना, मैं तेन करा देना। अबा जी जेड़ा 20 लाख जो जावे जुआ शुरू करा दे, वो तो 200 च भी हो जांदा। मैं ना मोटरसाइकिल दी एजेंसी खोलना चाहना। मेरा मुंह ना खुलाई, मैं तेनू दस दवा ए बूटिया जेड़ा पेंचर वाला काम है ना, अगर तक करना चाहना तो ठीक है, नहीं तो चल उठे। अबा जी बूटे के फेस को वो काम सूट करता है, मुझे सूट नहीं करता। हाँ तुम्हारे फेस के हिसाब से तो तुम्हें हेलीकॉप्टर की एजेंसी लेके देनी चाहिए। अबा जी देखो पापा, देखो मैं कभी तंग किया तुहानू। बस 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 कहने ला, बह जाओ थे। मैं 10 लाख रुपया तेरे खाते पा देना। अबा जी खाते नहीं पाना, बैंक च पाना। ओए ओ बैंक तेरे अकाउंट च पा दूंगा। हेलो यार जिंदर, मैं अपने पैसे जुगाड़ कर लिया, लेकिन बूटे का की कर रहा। देख ला यार जे कि गल बन दी ते पढ़ ला किसी तो, बाद च रल मिल के ला लांगे। मैं लाया जोर बहुत यार, नहीं गल बनी। अगर 3-4 हजार पाउंड तू कर देवे ना ते वो भी आ जाएगा। मुश्किल है यार। यार कोशिश तो कर। चल मैं कर दा। थैंक यू यार, थैंक यू। यार एक गल समझाओ मेनू, चाह पकौड़े खा के भला को देना करा। अजय पैक पहला शुरू होने वाला, कल ही पाती सारी गाड़ी खराब करके रख दी। यार पी कावर ते बुला ले अजय, और जरूरी गल हो रेनी डे चूज करी दा। ओ होया की जिंदर, कोई तजाब तजूब तो नहीं पी लिया? दाड़ कटाई चाचा चौधरी बिल्ला गया बिले होए बिल्लिया होए, तू ते उ चलिया जिथे मंजी ना बिस्तरा पानी ना रोटी दीवा ना मोमबत्ती। बूटा ने घर चलिया ते चंगा भला। चंगा भला नहीं है चौधरी, एदे दिल च सुराख आ। कदे भी कुछ भी हो सकता है। और बिल्लिया तेन किन्नी बारी समझाया से छाती दे जोर ना ड्रिल ना चलाया कर, हुण दिल च दाग ला बैठा है ना, हुण की होवेगा खर्चा। बहुत सारा खर्चा। देखो मैं अपने को सारे कठे कुठे करके कोई 1300-1400 कर सकदा, बाकी हाए बिल्लिया निका बिरा है तू। मैं तो जाओ फिर 2000 पाउंड दे मेरे को सिक्के आए ने, ला लो जी ठीक हो सकता जी। ठीक है फिर 1000 पाउंड मेरे को भी है, वो भी मैं अपने ते ला लेना। हाए बेचारा। 1500 पाउंड मेरे को भी है यार चाचू, पर देख लो यार जी सब तो बिना सर जी दे दो चाचू। चलो सारे मिला गिला के कोई 4500 पाउंड ते हो गया, पक्का हो गया जे मुकरे होना। ओ ए की कीता है सौ हुण घर पहुंचदे मेनू 4500 पाउंड दे देने, मैं तवरेज रन पाउणे उहनां दी डोंकी लवाउणी। लख दी लानत तुहाडे दोवां ते, अद्धी अद्धी कर लैणा। ओए मुकरण दे सारे राह ही बंद कर दित्ते। मुकरिया जाणा वी नहीं, थुक लग गया सानू। ਹ
हाँ जिंदर किथे हो माता दो दिन दा वेखे नहीं तेनू मैं तेरी कमेटी देनी सी तू मैनू नहीं वेखिया की गल है काम दी गल करिया कर मेरे नाल ओ फिकर ते हुंदी है माता किथे गई तू कादी फिकर ताऊ नाले घर च सा मैं अच्छा अपने दूजे घर अपना ये अपना कदों तो दूजा घर हो गया जदों दा मैनू पुत बनाया तू मैं सोचदा व्याह उधर कर लवा इथे ते समझन लगदी कि ओ घर भी ते मैं अपने पुत्र दे व्याह वास्ते ही लिया सी तू सैवी नू विखा लै जे उन्हें पसंद आंदा ते उथे ही व्याह कर लैने आ ठीक है मैडम मैनू इस गल दी समझ नहीं आ रही जे तुसी पैसे ट्रांसफर करते ने ते मैनू मैसेज क्यों नहीं आया ओ बाऊजी मैनू ते मैसेज भी आ गया वेखो ना बैंक डिटेल भी आ गई है पहला पता हुंदा जिथे पैसे कराए सी नाल नेट पैकेज करा देंदे ओ बाऊजी मैसेज भी आ जाएगा तुसी चाह ते मंगाओ ना 5000 दा सौदा लईए ना बाहरो ते ठंडे दे नाल समोसे भी देंदे आ खाण नू ओ तां ते चाहिदा सानू तोले तोले दी मुंदरी पाओ नाल 5-5 किलो चीनी दियो ओ मुंदरी सोहणे हत्थां ते पैंदी इहो जे हत्थां ते सोटियां पैंदियां लोक मैसेज आ गया शुक्र है 4 तारीख नू तुहाडी फ्लाइट इसे 4 नू हां हां आंदी 4 नू सानू जांदी 4 ते भेज दियो असीं ते जाणा ही है जिंदर ने मेनू किया मेरे नाल चल मेरा दिल नहीं लगना हाँ जिंदर को मेरा दिल नहीं लगना एडी तू ओदी मशूक रहंदी किते ना तेरा आना जरूरी सी ओ लोकी गल्ला नहीं करते भी सयाना बंदा करदा ताला हुंदा मैं ओ बंदा कहंदे नहीं बरात चली है कुछ सयाना बंदा नाल ले लो मैं ओ बंदा जद पहली बारी मिर्गी पई सी ते जिन्ने किया सी ना इनू जुत्ती सुंगाओ मैं ओ बंदा अच्छा तू भी अपने आप नु बंदा कहना है जोरा कोल ना देरे वर्गी गो हुंदी है ओके चल गो थैंक यू जी ते सारे फेर कठे हो गए ने मैं की करा इन्ना दा नहीं ओ सागर बहुत सोना यार नजर ना ला दी घबराए दे लिया नो प्रॉब्लम नजर 5 फुट तो अगे जांदी ने अच्छा वैसे घर दी खुशबू बड़ी वधिया है सुंग सुंग के मुकाना दवी पैड़िया नासा वालिया कस्टम वाले को तेरे वर्गिया सुंगिया कुतिया हुंदिया ने मेनू के वैसे घर बहुत सोहना जी मैं हो जे घर फिल्मा च वेखे चाचा हो जे घर च लाइब्रेरी जरूर हुंदी अच्छा आर्या भट्ट साहब आपां करना की लाइब्रेरी च
मैं किताबा तो कट्टा बहुत सोना साफ करता जी। तुसी अपने मुंह तो भी कट्टा झाड़ो जी। जिंदर यार तू सानू बेटी रोन ला आए थे। मैं किथे लेके आया तेनू? आपे मेरे मगर मगर आ गए। तुई समान रखो ते निकलो इथो। मिस ने जा मेनू पता है सारी तेरी करतूत कोली है। इन्हें साडे को एडवांस कराया भी लिया जी। ओए अफसोस पुत्र 10 लाख का नहीं है। दुख इस गल दा पई अगर इन्हां पैसे दी वजह नाल मेरे पुत्र नूं कोई नुकसान पहुंचिया ते असीं बुढ़े वारे दोनों मियां बीवी किधरों जावांगे। मामा वड्डे पुल वाली नहर ते ना लाश मिली है जे किन्ना ते वेखांगे। और तेरा बेड़ा गर्क हो जाए मनहूसा ओदा ते रो रो के पहले बुरा हाल होया। ले चाचा पता लग गई की होया पुत्र? बूटे दी वोटी ने दस्या कि दोवें यूके चले गई ते इस बिजू ने मिलाया किसे एजेंट नाल। ओए थोड़ा दुध देने वाली मज ओथों 20 रोटियां बचा लेना। ए गल नहीं बचा सकया तू। आ मिठू ए मुंडा सही कह रहा? हाँ तो देले कटी जान दे लड्डू कटो। मुंडा तड़ा यूके पहुंच गया। तेनू करो क्यों कटा? और तेनू दो नंबर तरीके दे नाल मेरे पुत्र यूके नहीं सी भेजना चाहिए। ओ मामा ओ केड़ा पहुंच गया की पता फड़ा जावे वापस आ जाए। तुसी एवी टेंशन लाई होगी। वे मिट्टू जे तेरा खाना खराब होवे वे मरे तू भी तेनू जदों पता सी ते तू मेनू दस्या ही नहीं। रो रो के मेरा गला पटन आला हो गया। ओ चल छड मामी तू केड़ियां क्वालियां करनियां होंदी। ओ तू जेड़े राही मेरे पुत्र नू डोर दित्ता पुत्र मेरे पुत्र दी जान नू खतरा है। मामा मैं जो कह रहे हैं सही सलामत तबरेज पहुंचेगा इंशाल्लाह यूके। जे कोई उन्नी भी होई तो मैनू जेड़ी मर्जी सजा दे देना भावे एक लत ते खलारी रखना सारी जिंदगी। थैंक यू जानू मैं तो मजाक किया सी मैनू आईफोन चाहिदा। ओ जानू मैं तो तेरे मजाक नू भी फुल सीरियस लैना। फिर तो तुम याद होना मैं 2-3 मजाक होर भी किते हुए गुची ग्लासेस प्रवाडा वॉच। वैसे तेरा मेरा एडा मजाक भी नहीं। व्याह तो बाद सारा कुछ तेरा ही शहजादी है नाले उस माई दी फिकर नहीं करनी। फरिश्ते ना मेरी गल हो गई है। फरिश्ते को जिवे सैकल आने माई नू पीछे पाने तो लैके निकल गया। जानू तुम याद है नेक्स्ट वेंसडे मेरा बर्थडे आ गया। ओ पागले मैनू तो याद है बड़ी वड्डी पार्टी करनी है ते करनी भी मेरे फार्म हाउस। प्रॉमिस वादा। ओके ओए आओ नी आओ यार एक दिन बैठा कुड़ी है कोई लगती भाई असी काल सलाम नहीं कीता। और यार पंजाबी भरा वेख के फतेह बुला दी दी है मिलते थोड़ा वापस करा। ओ मुंह तुहाडे सेठा वाले भी नहीं। चलो दसो जाके अपना काम करो जल्द दिहाड़ी लाओ। बच्चे वापस नहीं कीते नु ते वापस को करने ओ कभी रुकी लाओ इन मुंह ना लाया कर बाबा आपा भी गलत टाइम ते गए। वो अगला कहना बैठा है चंगा लिया ली दखो दाना और चंगा चाचा। वाओ हेलो सर सॉरी आप थोड़े बिजी सी बैक एंड पे। हां जी ओ फंक्शन सी घर दे विच ओदी डेकोरेशन ली ना बुकिंग करानी सी। ओके ओके सर तुसी मेनू दस दो मैरिज फंक्शन है। नहीं हाले ओदे च टाइम पर इना भी टाइम नहीं ओदी बुकिंग भी तुहाडे कोल ही करानी है। फिलहाल ता मेरी बेबी दा बर्थडे आ। ओके गॉट इट सर गॉट इट। सो सर किन्ना क वड्डा फंक्शन करना चाहंदे हो तुसी? ਤੁਸੀਂ ਗੱਡੀ ਕੋ ਵੱਡੀ ਕਰ ਸਕਦੇ ਹੋ ਸਰ ਤੁਸੀਂ ਦੱਸੋ ਮੈਮ ਥੋੜਾ ਜਿਹਾ ਆਈਡੀਆ ਦੇ ਦਿਓ ਮਤਲਬ 50 ਪੀਪਲ 100 ਬੰਦੇ ਉਹ 150 ਬੰਦਾ ਤਾਂ ਸਾਡਾ ਨੌਕਰ ਆ
ਐ ਚੱਕੋ ਤੁਸੀਂ ਐਡਵਾਂਸ 1000 ਪਾਓ ਥੈਂਕ ਯੂ ਚਲਿਏ ਬੇਬੀ ਡਨ ਥੈਂਕ ਯੂ ਓਕੇ ਥੈਂਕ ਯੂ ਬਾਏ ਮੈਮ ਐਵਰੀਥਿੰਗ ਇਜ਼ ਫਾਈਨ ਯੈਸ ਸਰ ਯੈਸ ਸਰ ਮੈਂ ਆਰਡਰ ਬੁੱਕ ਕੀਤਾ ਇੱਕ ਹੁਣੇ ਓਕੇ ਸ਼ੋ ਮੀ ਹਾਂਜੀ ਏਸੀ ਸਰ ਇਜ਼ ਇਟ ਓਕੇ पर बेटा इसमें से तो आधा सामान भी हमारे पास नहीं है हमें खुद खरीदना पड़ेगा इट्स वेरी डिफिकल्ट सर फिर की हो गया आपा खरीदेंगे ना हम तो सामान लगता ही रहना सर मेरी गारंटी है आर यू श्योर हाँ जी सर सर ये देखो वो 1000 पाउंड एडवांस भी दे गए ने ब्रिलियंट तुम्हें तो किसी कॉर्पोरेट में होना चाहिए था थैंक यू सर मैं अभी फोन करके ऑर्डर करता हूँ सर मैं बैक एंड पे काम देख रहा हूँ ठीक है ओके ओके जाओ जाओ हेलो मार्केट ट्रेडर्स हेलो वीरे डमी गाने करा ले इन्हें पैसे नहीं लाने मैं ब्रो मैं तेरा गाना पसंद है पर मैं 1000 पाउंड का नहीं चार्ज करता यार कर दे यार 300-400 दे विच पूरा गाना कर देंगे मुंडे थे फिर उन्हें तो कराना ना ब्रो यार चलने वाला गाना मेन गाना कर रहा मैं ओ नहीं ब्रो एक बार सुनते ले हेलो 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 फोन कट बलजिंदर आज मैं कितना बड़ा ऑर्डर बुक किया उन्होंने तो कहता तेन तो किसी कॉर्पोरेट च होना चाहिए गल तो सही है वे जिम्मे तू तो पक्की भी है तेन तो कोई अपना बिजनेस ही करना चाहिए वे हां सोचा तो होया मैं पर पता कदे हिम्मत नहीं पई कली जी दी क्योंकि साल 6 महीने काम छड़ के घरे बहना पैंदा नवे बिजनेस में बहुत वड्डा रिस्क है पर उन व्याह तो बाद आपां रल के कुछ कर लांगे जे मेरे नाल रल के बिजनेस करना पैना ना फिर तो तेन कोई तुम्बी तंबी सिखनी पैनी क्योंकि मैंने या तो साजी चाहिए या कोर्स आओ जिम्मे आर सलवार के पिछे कुड़ी नहीं करती जुगिनी जी करना पैना हाँ एडे तेरे वेम्बले शो लगने ने ना की पता हुंदा ओ कसमा ठंड च ना फंडिया जाई उत्थे बथेरे रूम ने उत्थे जाके कर ला मन की बात नहीं ओ गल चाचा तेन पता उदे बुढ़ा हो गया हुण तां जाके टी टी करदा रहिंदा नहीं इदां थोड़ी नहीं वैसे एक तो यार मेनू ऐसी समझ नहीं लगती भाई बंदा पुछे जो मैं फोन कटी जाना तू क्यों बार बार करी जाना लीले आई है हर शहर कटी जा रहे हैं वेलकम बलाल साहब तुम साढ़े नवे घर बारे किने दसता ये यूके वे को पंजाब नहीं जिथे रातों रात समान चुक के दौड़ जाओगे तुसी नहीं नहीं दौड़ना कानू अजे असि कहता कर्जा देना हां जी 1170 पाउंड और तुसी जे कितें दी फीस भी मेरे पल्ले जमा करा के मुड़ के मेरे मत्थे नहीं लगे हुण मेरा फोन कटी जा रहे हैं तू लिया पैसे इना कैश तो नहीं होना जी साढ़े घरे कितना कु हो सकता है वह तो देना चौधरी साहब यस तुहाडे कोल कोई कैश पिया यस नो प्रॉब्लम आई हैव लॉट ऑफ मनी ओ बिल्ले ਪੁੱਤੂ ਵੀ ਦੇ ਯਾਰ ਜੇ ਹੋਇਆ ਤਾਂ ਦਈਏ ਵਕੀਲ ਸਾਹਿਬ ਜਿੰਨੇ ਤੁਸੀਂ ਘਰ ਚ ਬੰਦੇ ਹੋ ਤੁਸੀਂ ਤਾਂ ਮੁੱਠ ਮੁੱਠ ਵੀ ਪੈਸੇ ਇਕੱਠੇ ਕਰੋ ਤੇ ਮੇਰੀ ਸਾਰੀ ਫੀਸ ਉਤਰ ਜਾਏਗੀ ਲਓ ਜੀ ਮੌਜਾਂ ਕਰੋ ਤੈਨੂੰ ਮੰਗਣ ਆਇਆ ਸੀ ਇਕੱਠੇ ਮੰਗਤੇ ਗਏ ਤੇ ਕੀ ਪੱਥਾ ਟੇਕਣ ਆਇਆ ਤੁਸੀਂ ਇਹ ਤਾਂ ਸਾਰੇ 20 ਪਾਉਂਡ ਵੀ ਬੰਦੇ ਤੇ 20-20 ਪਾਉਂਡ ਕਰਕੇ ਲਾ ਹੀ ਰਹੇ ਨਾ ਅਸੀਂ ਕਿਹੜਾ ਨਾਸ ਜਾਣਾ ਓਏ ਮੇਰੀ ਗੱਲ ਸੁਣੋ ਮੇਰੇ ਬਾਕੀ ਪੈਸਿਆਂ ਦੀ ਗਾਰੰਟੀ ਕੌਣ ਦੇਗਾ ਤੂੰ ਗਾਰੰਟੀ ਦੇਣਾ ਜ਼ਖਮੀ ਕਬੂਤਰਾ ਗਾਰੰਟੀ ਕਿਸ ਗੱਲ ਦੀ ਅਸੀਂ ਤੁਹਾਨੂੰ ਫ੍ਰਿਜ ਵਿੱਚ ਆ ਓ ਵੈਰੀ ਬਿਊਟੀਫੁਲ ਨੇਲ ਪਾਲਿਸ਼ ਡਾਰਲਿੰਗ ਵਾਟ ਡੂ ਯੂ ਵਾਂਟ ਓਕੇ ਕੱਟ 1-0 ਵਾਟ ਡੂ ਯੂ ਵਾਂਟ ਇਟ ਫੋਰ ਪਾਰਟੀ ਡਾਰਲਿੰਗ ਪਾਰਟੀ ਹਾਂ ਨੋ ਮੋਰ ਪਾਰਟੀ ਪਲੀਜ਼ ਡਾਰਲਿੰਗ ਨੋ ਪਲੀਜ਼ ਨੋ ਮੀਨਸ ਨੋ ਜਾਨੂ ਓ ਜਾਨੂ ਵੈਸੇ ਅੰਗਲ ਦੀ ਸੋਚਣਾ ਵੀ ਗੱਲਾਂ ਮਾਰਦੀ ਆ ਪਰ ਥੋੜੀਆਂ ਬੁੜੀਆਂ ਹੋਈਆਂ ਜੋ ਇੰਨੀ ਉਮਰ ਚ ਮੇਰੀ ਜਿੰਨੀ ਤਰੱਕੀ ਕਰ ਲੈਂਦੀ ਆ ਇਸ ਘਰ ਦਾ ਬੇੜਾ ਤਾਂ ਇੰਨਾ ਹੀ ਖੁੱਲਣਾ ਚਾਹੀਦਾ ਅੰਕਲ ਕੰਮ ਚਾਹੇ ਨਵਾਂ ਪ੍ਰੋਫਿਟ ਬੜਾ ਹੋਣਾ ਆਪਾਂ ਨੂੰ ਦੇਖਿਓ ਤੁਸੀਂ ਮਹੀਨਾ ਸੌਖਾ ਲੰਘ ਜਾਣਾ ਤੁਸੀਂ ਕੰਮ ਨਾ ਫੜਿਓ ਹੋਰ ਕਿਤੇ ਅੱਛਾ ਮੈਂ ਬੈਲ ਮਾਰ ਕੇ ਠੀਕ ਆ ਪ੍ਰਿਆ ਵੀ ਯਾਰ ਘਰ ਕਿੰਨਾ ਵੱਡਾ ਅੰਕਲ ਸਮਾਨ ਹੀ ਨਾ ਥੋੜੇ ਜਿਹੇ ਕਿਤੇ ਦੇਖਿਓ Hi, we're here for the party. I'm sorry, the party's cancelled. No, I think you're mistaken. Sorry. I, Uncle, karte hi hai na? Theek hai, jaise aaya na aap.
ਪਾਜੀ ਹੋ ਸ਼ੁਕਰ ਆ ਉਹਨੇ ਤਾਂ ਡਰਾਤਾ ਸੀ ਸਾਨੂੰ ਪਾਜੀ ਤੁਸੀਂ ਬੁੱਕ ਕੀਤਾ ਸੀ ਨਾ ਅਸੀਂ ਲੈ ਕੇ ਆਏ ਆ ਤੁਹਾਡੇ ਬੇਬੀ ਦੀ ਪੂਰੀ ਬਰਥਡੇ ਪਾਰਟੀ ਚੱਲਾ ਪਾਜੀ ਕਿੱਥੇ ਵਜੇ ਜਾਂਦੇ ਹੋ ਡੋਰ ਤੇ ਹੁਣ ਲੱਗਿਆ ਲੱਗਦਾ Hi, I'm here to meet Mr. Channa. I'm sorry, he's not at home. No, I just saw him in I'm the sorry, window. But he's not here. You're lying, he's in the window. Don't knock anymore at my door. Parinal ki kitto bandar banya chuthi hai. Lokda kithe firda hai oye tu? Darwaja khol. Ve main ta apni jeb chon vi paise late. Uncle tusi dekhya si na? Dekhya si. Hana? Oye vire, gal sun meri. Le ja matlab ki. Kithe le jaye sara kuch? चमकादड़ दे सिर आया तेरी बेबी ने आ जेड़े फ्रेश फ्लावर्स मंगाया तेरी मड़ी ते पौने हुण दिना पैसे के अंदर आके दसा तेरी अम्मी नूं सवारिया जिया ओए किथे चलिया दोबारा हेलो किदा बिजनेस वूमन किवें चलदा तेरा पहला दिन जिन्ने मैनूं कुछ समझ नहीं आ रहा अंकल गड्डी फड़ायो पानी चो पानी फड़ायो होगी पार्टी शुरू अच्छा दसी राजमा भिओंदा रात लई हेलो कटता यार गल सुन पांच सात बंदियां दी उत्थों ना कहदा रोटी पैक करा ले कहदा वधिया जो कम है ठीक है गल गल सुन पार्टी च पांच सात बंदियां दी रोटी पैक करा ले जिंदा तेनू रोटी दी पईया इत्थे मेनू हार्ट अटैक आउण वाला हेलो मैं कहनी है तेनू बंदा बन के बाहर आ जा मैं करके सारे शीशे भन देने सौ लगे एक दो तीन चन्ना साहब 2500 पाउंड तो मेरे तो पूरा भी नहीं होना चाहे मैं त्योहार एतवार छुट्टियां ला ला मेनू साल लग जाना मेरा भी 150 विच पाला 26 तो हो गए देख ला वीरा नहीं साडा तू ब्याह रह जाओ मेरा अंकल रोटी दे खाला बुरकी बुरकी करदा मैं सारी रोटी खा गया आधी बजे खाला तू ही खा ਇਥੇ ਮੇਰੀ ਨੌਕਰੀ ਗਈ ਹੈ ਤੈਨੂੰ ਰੋਟੀ ਦੀ ਪਈ ਹੋਈ ਹੈ ਇੱਕ ਮਿੰਟ ਤੂੰ ਰੁਕ ਆਵੀ ਚੁਲਸਲਾ ਵੈਸੇ ਤੈਨੂੰ ਬਿਲਕੁਲ ਫਿਕਰ ਨਹੀਂ ਨਾ ਵੀ ਮੇਰੀ ਜੌਬ ਗਈ ਆ ਤੇਰੀ ਪਹਿਲੀ ਵਾਰੀ ਜੌਬ ਗਈ ਆ ਨਾ ਤੈਨੂੰ ਤਾਂ ਕਰਕੇ ਟੈਨਸ਼ਨ ਹੋ ਰਹੀ ਸਾਨੂੰ ਤੇ ਲੋਕੀ ਇੱਕ ਦਿਨ ਚ ਦੋ ਦੋ ਨੌਕਰੀਆਂ ਤੋਂ ਕੱਢ ਦਿੰਦੇ ਜਿੰਦੇ ਤੈਨੂੰ ਪਤਾ ਨਹੀਂ ਉਹਨੇ ਮੇਰੀ ਕਿੰਨੀ ਇਨਸਲਟ ਕੀਤੀ ਆ ਪਤਾ ਉਹਨਾਂ ਨੇ ਕੀ ਕਿਹਾ ਕਹਿੰਦਾ ਤੈਨੂੰ ਤਾਂ ਸਿਗਨਲ ਤੇ ਹੋਣਾ ਚਾਹੀਦਾ ਗੱਡੀ ਆਈ ਕੱਪੜਾ ਮਾਰਤਾ ਇਹੋ ਉਹਨਾਂ ਨੇ ਜਿਹੜਾ ਕਹਿੰਦਾ ਸੀ ਤੈਨੂੰ ਕਾਰਪੋਰੇਟ ਚ ਹੋਣਾ ਚਾਹੀਦਾ ਹਾਂ ਹਸਲਾ ਤੂੰ ਵੀ ਕੋਈ ਨਾ ਵੇਖ ਮੇਰੀ ਗੱਲ ਸੁਣ ਜੇ ਤੂੰ ਇਹ ਸੋਚਦੀ ਨਾ ਕਿ ਵਿਆਹ ਸਿਰ ਤੇ ਆ ਤੇ ਤੇਰੀ ਨੌਕਰੀ ਚੱਲ ਗਈ ਤੂੰ ਬਿਲਕੁਲ ਟੈਨਸ਼ਨ ਨਾ ਲੈ ਆਪਾਂ ਚਾਰ ਚੀਜ਼ਾਂ ਘੱਟ ਕਰ ਦਾਂਗੇ ਵਿਆਹ ਫਿਰ ਵੀ ਘੈਂਟ ਹੀ ਹੋਣਾ ਹੈ ਹਾਲ ਬਹੁਤ ਜ਼ਰੂਰੀ ਸਟੇਜ ਉਹ ਤੋਂ ਬਿਨਾਂ ਸਰਨਾ ਨਹੀਂ ਕੇਟਰਿੰਗ ਉੱਥੇ ਚਾਹੀਦੀ ਆ ਪੱਕਾ ਪਰ ਡੀਜੇ ਲਾਈਟਸ ਡੈਕੋਰੇਸ਼ਨ ਨਾ ਵੀ ਹੋਊਗਾ ਤਾਂ ਵੀ ਵਿਆਹ ਘੈਂਟ ਹੀ ਹੋਣਾ ਆ ਫਿਰ ਕਾਹਦਾ ਘੈਂਟ ਹੋਣਾ ਵਿਆਹ ਤੂੰ ਮੇਰੀ ਗੱਲ ਤੇ ਸੁਣ ਵੇਖ ਸਟਾਲ ਆਪਾਂ ਸਾਰੇ ਲਾਉਣੇ ਜਿੰਨੇ ਤੂੰ ਕਹੇ ਸਿਰਫ ਆਈਸ ਕ੍ਰੀਮ ਤੇ ਚਾਈਨੀਜ਼ ਮਹਿੰਗਾ ਪੈ ਰਿਹਾ ਇਹ ਨਾ ਲਾਵਾਂਗੇ ਡੈਕੋਰੇਸ਼ਨ ਸਟੇਜ ਤੇ ਜ਼ਰੂਰੀ ਹੈ ਗੇਟ ਤੇ ਬਹੁਤ ਜ਼ਰੂਰੀ ਹੈ ਟੇਬਲ ਤੇ ਕਾਹਦੀ ਜ਼ਰੂਰੀ ਆ ਹੁਣ ਟੇਬਲ ਤੇ ਲੈਂਪ ਰੱਖਣਗੇ ਤੇ ਪਲੇਟ ਰੋਟੀ ਵਾਲੀ ਲੋਕੀ ਝੋਲੀ ਚ ਰੱਖ ਕੇ ਖਾਣਗੇ ਨਾਲੇ 50 ਟੇਬਲਾਂ ਤੇ ਲੈਂਪ ਲਾਉਣ ਦੇ 500 ਪਾਉਂਡ ਲੈ ਰਹੇ ਹੋ ਨਾਲੇ ਟੇਬਲ ਤੋਂ ਯਾਦ ਆਇਆ ਜੇ ਆਪਾਂ ਇੱਕ ਟੇਬਲ ਤੇ ਚਾਰ ਚਾਰ ਕੁਰਸੀਆਂ ਰੱਖਣ ਦੀ ਥਾਂ ਨਾ 6-6 ਰੱਖ ਲਈਏ ਤੇ 20 ਟੇਬਲ ਪਾਈਦੇ 20 ਟੇਬਲ ਜੀਨੀਅਸ ਸਹੀ ਕਿਹਾ ਸੀ ਵੈਸੇ ਤੂੰ ਕਿ ਮੇਰੇ ਮੂੰਹੋਂ ਨਿਕਲੀ ਕੋਈ ਗੱਲ ਤੂੰ ਰਹਿਣ ਨਹੀਂ ਦੇਣੀ ਤੇ ਰਹਿਣ ਵੀ ਨਹੀਂ ਦੇ ਰਿਹਾ ਸਾਰੀ ਉਮਰ ਕਮਾਈ ਕੀਤੀ ਆ ਜਿੰਦਰ ਅੱਗੇ ਵੀ ਕਮਾਉਣੀ ਆ ਜਦੋਂ ਦੀ ਸੁਰਤ ਸਾਂਭੀ ਆ ਕੰਮ ਤੇ ਆ ਵਿਆਹ ਤੇ ਇੱਕੀ ਵਾਰੀ ਹੋਣਾ ਹੁੰਦਾ ਨਾ ਉਹ ਚ ਵੀ ਤੂੰ ਤੇ ਕਰਾਂਗੇ ਨਾ ਵਿਆਹ ਤੇ ਪੱਕਿਆਂ ਨੂੰ ਕੋਈ ਲੋਨ ਨਹੀਂ ਮਿਲਦਾ ਅੱਛਾ ਹੁਣ ਤੂੰ ਵਿਆਹ ਦੀਆਂ ਵੀ ਕਿਸ਼ਤਾਂ ਬੰਨੇਗਾ ਲੋਨ ਮਿਲ ਨਹੀਂ ਸਕਦਾ ਵੈਸੇ ਵੀ ਮੈਂ ਪਹਿਲਾਂ ਲੋਨ ਲੈ ਚੁੱਕੀ ਆ ਭੂਆ ਨੂੰ ਪੈਸੇ ਭੇਜ ਚੱਲ ਛੱਡ ਰੋਟੀ ਖਾ ਤੂੰ ਕਰ ਲਾਂ ਕੋਈ ਨਾ ਕੁਝ ਡੋਲੋ ਵਾਲਾ ਕਿਹੜੇ ਸੈਂਡਵਿਚ ਦਵਾਈਆਂ ਨੇ ਗੁੱਸੇ ਚ ਪਤਾ ਨਹੀਂ ਚੱਲਿਆ ਸੋਰੀ ਓਕੇ ਇਹ ਵੀ ਤੂੰ ਆਪ ਹੀ ਖਾਣਾ ਹੁਣ ਉਹ ਅਮੀਰ ਬੰਦੇ ਦੀ ਵੀ ਜ਼ਿੰਦਗੀ ਕਿੰਨੀ ਔਖੀ ਹੁੰਦੀ ਆ ਤੈਨੂੰ ਕੀ ਪਤਾ ਹੋਵੇ ਤੂੰ ਛੱਡ ਦੱਸ ਖਾਣਾ ਕੀ ਆ
कुछ हेल्दी इंडिया चिकन ऑर्डर करिए। हेल्दी इंडिया चिकन इन मामूल हाथ ऑर्डर करते हैं या हाथ ही लिखते हैं कि चिकन। जानू मेनू इतने कुछ ठीक नहीं लग रहा, ਆਪਾਂ ਇਥੇ ਨੇੜੇ ਚਾਈਨੀਜ਼ ਰੈਸਟੋਰੈਂਟ ਆ, ਉੱਥੇ ਚੱਲਦੇ ਆ ਪਲੀਜ਼। ਓਏ ਉੱਥੇ ਤਾਂ ਚਿਕਨ ਵੀ ਬਗੈਰ ਚੁੰਝ ਤੋਂ ਮਿਲਣਾ ਪੀਂਦਾ ਜੀ। ਆਹ ਵੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ। ਵਾਓ ਗੂਚੀ ਗਲਾਸਿਸ, ਥੈਂਕ ਯੂ। ਆਹ ਸੋਹਣੀਏ, ਉਹ ਤੂੰ ਇਹਨੂੰ ਵੇਖ ਕੇ ਵਾਹ ਕਰੂੰ। ਜਾਨੂ ਇੱਕ ਦਫਾ ਤੇਰਾ ਮੇਰਾ ਨਿਕਾਹ ਹੋ ਜਾਏ, ਮੈਂ ਤਾਂ ਤੈਨੂੰ ਪਰੌਠੇ ਐਲ ਵੀ ਦਿਖਵਾਉਣੇ, ਚਟਨੀ ਬਰਬਰੀ ਦੀ ਤੇ ਪਾਵੇ ਬਰਸਾਤੀ ਦੇ। ਵਾਓ ਪਰਾਡਾ ਦੀ ਤਾਂ ਮੈਂ ਤੈਨੂੰ ਕੋਲਡ ਡਰਿੰਕ ਪਿਆਣੀ ਆ। ਸਾਨੂੰ ਪਾਣੀ ਪਾਣੀ ਪੰਜਾਬ ਦਾ ਉਹਦਾ ਕੋਈ ਤੋੜ ਨਹੀਂ। ਸਮਝ ਮੈਨੂੰ ਨਹੀਂ ਆਉਂਦੀ, ਇਹ ਹਮੇਸ਼ਾ ਗਲਤ ਟਾਈਮ ਤੇ ਫੋਨ ਕਿਉਂ ਕਰਦੇ? ਆਖਾ ਮੇਰੀ ਜਾਨ। ਜਾਨੂ ਵੇ ਤੁਸੀਂ ਪੰਜਾਬ ਵੀ ਬੜੇ ਅਮੀਰ ਹੋਵੋਗੇ। ਜਾਨੂ ਇੱਥੇ ਤਾਂ ਕੁੱਤੇ ਰੋੜਾਂ ਤੇ ਲੈ ਕੇ ਘੁੰਮਦੇ ਫਿਰਦੇ ਨੇ, ਅਸੀਂ ਆਪਣੇ ਘਰ ਦੇ ਵਿੱਚ ਕੁੱਤਿਆਂ ਦੀ ਜਗ੍ਹਾ ਸ਼ੇਰ ਬਣੇ। ਹਾਂ ਇਹਨਾਂ ਚੱਕਰਾਂ ਚ ਅਸੀਂ ਆਪਣਾ ਚਾਚਾ ਗੁਆਇਆ। ਅਮੀਰ ਬੰਦੇ ਦੀ ਜ਼ਿੰਦਗੀ ਵੀ ਬੜੀ ਮੁਸ਼ਕਲ ਹੁੰਦੀ ਆ। ਯੂ ਡਿਸੀਵਰ, ਆਈ ਲਵਡ ਯੂ ਸੋ ਮਚ ਐਂਡ ਯੂ ਹੈਵ ਰੂਇਨਡ ਮਾਈ ਲਾਈਫ। ਉਹ 60 ਸਾਲ ਦੀ ਹੋ ਗਈ ਤਾਂ ਤੂੰ ਮੈਨੂੰ ਮਿਲੀ, ਉਹ ਮੈਂ ਤੇਰੀ ਸਾਰੀ ਜ਼ਿੰਦਗੀ ਕਿੱਥੋਂ ਖਰਾਬ ਕਰ ਦਿੱਤੀ? ਓ ਸ਼ਟ ਅਪ, ਓ ਆਈ ਲਵ ਯੂ, ਓ ਸ਼ਟ ਅਪ ਯੂਰ ਫੇਸ, ਓ ਲਵ ਯੂ ਟੂ, ਆਈ ਡੋਨਟ ਵਾਂਟ ਟੂ ਹੀਅਰ ਯੂ ਸੇ ਥੀਸ ਵਰਡਸ। ਠੀਕ ਆ, ਜੇ ਇਹ ਗੱਲ ਆ ਨਾ ਫੇਰ ਤੁਸੀਂ ਆਪਣੇ ਘਰ ਰਾਜ਼ੀ, ਮੈਂ ਤੁਹਾਡੇ ਘਰ। ਓ ਨੋ ਯੂ ਚੀਟ, ਸੋ ਗੈਟ ਆਊਟ ਆਫ ਮਾਈ ਹਾਊਸ। ਯਾਰ ਧਿਆਨ ਰੱਖਿਓ ਟਰੱਕ ਦਾ ਨੰਬਰ, ਨੰਬਰ ਚੈੱਕ ਕਰੋ। ਇੱਕ ਮਿੰਟ ਮੈਂ ਵੇਖਦਾ ਹੁੰਦਾ। ਨਹੀਂ ਉਹ ਨਹੀਂ, ਜੇ ਆਪਾਂ ਫੜੇ ਗਏ ਤੇ ਫੇਰ ਫਿਰ ਬੋਲੀ ਨਾ ਉੱਥੇ, ਗੂੰਗਾ ਹੋ ਜਾਵੀ। ਚੌਧਰੀ ਸਾਹਿਬ ਤੁਸੀਂ ਐਟਮਾਂ ਕਰੀ ਜਾਂਦੇ, ਇੱਥੇ ਟਰੱਕ ਨਹੀਂ ਲੱਭਣ ਦਾ। ਐਟਮਾਂ ਮੈਂ ਤੈਨੂੰ ਬਾਂਦਰ ਬਣ ਕੇ ਵਿਖਾ ਰਿਹਾ। ਹਾਂ ਨੰਬਰ ਚੈੱਕ ਕਰ ਲੱਗ। ਹਾਂ ਆਇਆ, ਇਹੋ ਹੀ ਆ। ਸ਼ੁਕਰ ਇਹੀ ਆ। ਚਾਕੂ ਧਿਆਨ ਨਾ, ਸਾਡੇ ਤਵਰੇਜ ਦਾ ਢਿੱਡ ਗੱਤੇ ਦੇ ਨਾਲ ਹੀ ਲੱਗਾ ਹੋਣਾ। ਭਾਜੀ ਸਾਡਾ ਰੋਜ਼ ਦਾ ਕੰਮ ਆ, ਤੁਸੀਂ ਫਿਕਰ ਨਾ ਕਰੋ। ਢਿੱਡ ਪੜਨ ਦਾ? ਢਿੱਡ ਪੜਨ ਦਾ ਨਹੀਂ, ਡੱਬਾ ਪੜਨ ਦਾ। ਨਾਲੇ ਨੱਕ ਪਿੱਛਾ ਨੂੰ ਰੱਖ, ਡੱਬਾ ਨਾ ਪਾੜ ਦੀ। ਯਾਰ ਢੋਲ ਲਿਆਉਣਾ ਭੁੱਲ ਗਿਆ, ਨਹੀਂ ਤੇ ਮਿੱਤਰਾਂ ਦੇ ਆਉਣ ਦੀ ਖੁਸ਼ੀ ਚਾਰ ਧਮਾਲਾਂ ਹੀ ਪਾ ਲੈਣੀਆਂ ਸੀ। ਓਏ ਚਾਚਾ, ਡੌਂਕੀ ਲਾ ਕੇ ਆਇਆ, ਕਬੱਡੀ ਦਾ ਵਰਲਡ ਕੱਪ ਨੀ ਜਿੱਤ ਗਿਆ? ਆ ਵੀ ਕਾਕਾ ਠੀਕ ਠਾਕ ਆ ਵਿੱਚ? ਉਹ ਠੀਕ ਆ, ਚੱਲ ਬੜੀ ਤੇਜ਼ ਭੱਜਾ। ਆਓ ਬਈ, ਆਜੋ ਆਜੋ ਆਜੋ, ਜਾਓ ਜਲਦੀ ਆਜੋ। ਓ ਕਿੱਦਾਂ ਬੂਟੇ? ਓ ਕੋਈ ਜੇ
ਜਿੱਪੀ ਪਾਲਾ ਤੈਨੂੰ ਖੁਸ਼ੀ ਹੋਈ ਨਹੀਂ ਓਏ ਓਏ ਨੂੰ ਲੱਤਾਂ ਤੋਂ ਫੜ ਕੇ ਪੁੱਠਾ ਲਟਕਾਓ ਬਲੱਡ ਸਰ ਕੋ ਲੇਟ ਹੋਵੇ ਬੋਲਾ ਓਏ ਤੇ ਤੱਤਾ ਪਾਣੀ ਪਾ ਕੇ ਪੱਖੇ ਥੱਲੇ ਬਾਏ ਨੇ ਕਾਇਮ ਹੋ ਜਾਣਾ ਓ ਮੈਨੂੰ ਲੱਗਦਾ ਇਹਦੇ ਚਪੇੜਾ ਚਪੂੜਾ ਮਾਰੀ ਉਹਦੇ ਦਿਮਾਗ ਦੀਆਂ ਨਾਲੀਆਂ ਖੁੱਲਣਗੀਆਂ ਲੱਗਦਾ ਕਰੰਟ ਲਾ ਦੀਏ ਤਾਂ ਵੀ ਹੋਸ਼ ਆ ਜਾਣੀ ਬੰਦਾ ਖਾਣ ਪੀਣ ਨਾਲ ਵੀ ਠੀਕ ਹੋ ਜਾਂਦਾ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ नीदरलैंड्स गावां हुंदियां यार तू कित्थों दा वपा यार बंदा हैगा मैं आप कोल खड़के ते बंदे पैक करवाया चलो 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 निकलो बार चलो बूटे तवरेज कित्थे ਉਹ ਤੇ ਯਾਰ 10 ਦਿਨ ਪਹਿਲਾਂ ਯੂਰਪ ਤੋਂ ਮੇਰੇ ਤੋਂ ਅਲੱਗ ਹੋ ਗਿਆ ਤੇ ਬਾਹਰ ਮੈਨੂੰ ਨਹੀਂ ਪਤਾ ਇਹ ਕੀ ਕਹਿ ਰਹੇ ਹਾਂ ਯਾਰ मैच के साथ क्रिकेट और भी मजेदार है कौशल से अनुमान लगाए बड़ा जीते मामा एक लत ते नहीं बैलेंस बनता मेरा नहीं बैलेंस बनता थले को पराली पूरी छोड़ो इतना तेरे पराली थले बिछावा अंडे देन लगा तू पता नहीं किस हाल छोड़ा मेरा पुत मेरे नालों चंगे ही हाल छोड़ा मेनू एक लत ते खिला के पता नहीं किहड़े दिन काबू कराने मेरे को मेनू जब तक मेरा पुत इस हवेली च नहीं आंदा अगर दौड़न की कोशिश की मैं कुत्ते खुले छड़े हुए ये चीर पाड़ के तेन इस हवेली वेड़े छोड़ देंगे लत्त सुची लगा कुछ पता नहीं यार आपां दे पता करन जोगे भी नहीं पक्कियां दे तुहानूं उत्थे बैठे होना सी आ यूरोप है सच बूटे जेड़े बंदे ने तुहानूं उत्थे चढ़ाया सी ओहदा नंबर लिया सी हां मैनूं दई ओह तबरेज ने लिया सी तेरे कोल किसे गल दा जवाब है बाल भी कोई नहीं अकल भी कोई नहीं रब सुख रखे जिथे होवे खैर नाल ही होवे मेरा परबीन तू नार वेख एक दिन ऊपर नार हाउस एंड वेयर इज हाउस 5 किलोमीटर हियर फ्रॉम डन चेक इफ इन दी वाखन या मैं ही के राइड बिवाइस इफ सीन
ਜਿੰਦਰ ਉਹ ਬਿੱਲੇ ਉਹ ਜਿੰਦਰ ਉਠੋ ਏ ਕੀ ਹੋ ਗਿਆ ਉਹ ਤਬਰੇਜ਼ ਦਾ ਪਤਾ ਲੱਗਿਆ ਯੂਰਪ ਦੀ ਪੁਲਿਸ ਨੇ ਫੜਿਆ ਉਹਨੂੰ ਉਹ ਉੱਠੇ ਉੱਠੋ ਏ ਹਾਂ ਕੀ ਹਾਲ ਚਾਲ ਆ ਭਾਜੀ ਮੋੜ ਦੋ ਤੁਹਾਡੇ ਪੈਸੇ ਯਾਰ ਉਹ ਨਹੀਂ ਯਾਰ ਇਹ ਕੰਮ ਸੀ ਬੜਾ ਜ਼ਰੂਰੀ ਯਾਰ ਉਹ ਬੰਦਾ ਫਸਿਆ ਆਪਣਾ ਕਿੱਥੇ ਹਾਂਜੀ ਵੀ ਕਵੀਰ ਕਿੱਦਾਂ ਬਿੱਲੇ ਕੀ ਹਾਲ ਆ ਵਧੀਆ ਵਧੀਆ ਹਾਂ ਯਾਰ ਜ਼ਰੂਰੀ ਕੰਮ ਸੀ ਆਪਣਾ ਬੰਦਾ ਹੈਗਾ ਕਿ ਰੋਟਰਡਮ ਹੈਲੋ ਹੈਲੋ ਮਨਦੀਪ ਹਾਂ ਹਾਂ ਜਿੰਦਰ ਯਾਰ ਤੂੰ ਰੋਟਰਡਮ ਹੁੰਦਾ ਨਾ स्टार्ट हो चुका है तो जैसा कि आप सब देख रहे होंगे जो हमारे पास एड्रेस वो आया हुआ तो भी हम थोड़ा सा वेट करेंगे क्योंकि रिकॉर्डिंग भी जो साथ साथ चल रही है तो उस वजह से जो है थोड़ा सा ये लैग होगा मेरा मैं हाँ ये ओपनिंग भी थोड़ा सा सुबह तो मैं जो माइक है वो ऑफ कर लेता हूँ ताकि और किसी ऐरे गैर का भाई तुम्हारे पास फोन है और यहाँ पे हम फर्स्ट राउंड में खेलेंगे पंच जी भाई पंच कहाँ पे है एनिमी एनिमी को ढूंढ रहे और भाई मुझे पता मैं चीखना लग रहा हूँ तो इसलिए मेरी जो वीडियो को देख के हाहा रिएक्ट ना करना बड़ी मेहरबानी होगी तो जैसा हो गया है भाई वैसे हम गेम खेलने बैठ सकते हैं सोए उठे और ये जो रियल गेम की निशानी है और पहला राउंड हम मुफ्त में जो है वो जीत चुके हैं यहाँ पे हम पकड़ लेते हैं कर। वैसे शुगर मेले के लिए ब्रो शुगर मेला लगाना चाहिए और भाई मैं एमुलेटर में खेल रहा हूँ तो आपको बताता चलूँ अगर कोई शख्स मतलब कोई बंदा डिटेल्स चाहिए किसी को एमुलेटर के बारे में तो डिटेल भी ले सकता है मेरे से कोई इशू नहीं है फ्री ऑफ कॉस्ट यस ब्रो फ्री ऑफ कॉस्ट ब्रो फ्री ऑफ कॉस्ट हेड लग गया हेड मार दिया पर मुझे भी किसी ने मार दिया फुल नोपड़ों वाली गेम की है क्योंकि वो वुड पैक करते हुए मैंने कभी चलाई नहीं लेकिन कोई इशू नहीं है भाई ओके सब Oh my god, itna shor. Bhai banda jaan nikal gaya yaar banda jaan. Par ye 2 vs 1 jo hai yahan pe chalega lekin और तीसरा बंदा जो है वो रिवाइव हो जाएगा यहाँ तक मेरा ख्याल है वो एक बंदा जा रहा है उसको रिवाइव करने ओ माय शिट कोई नहीं अब अपने तो मजे हैं जितनी लंबी है वो उतना मजा तो जैक करते हैं
क्या सीन है यहाँ पे? हमें गन गोली मिल रही है यहाँ पे, हम लेंगे अपनी थॉम्पसन और अल्लाह बोल देंगे सब पे। तो जी भाई लोग, अगर आप लोग नहीं आए हैं हमारे चैनल पे तो चैनल को सब्सक्राइब कर लें, वीडियो को डिसलाइक कर दें, कर दो यार, कोई नहीं कह रहा पता है। आप लोगों के हाथ में जो बटन दिया हुआ है, कोई बटन, वो आपकी मर्जी आप कैसे यूज करते हो, उससे हमें कोई मतलब नहीं। यहाँ पे आई थिंक एनिमी है पीछे से, ये उठ 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 यार, कोई किल नहीं मिला अभी तक। बंदे भी दो हैं, एक बंदा यहाँ पे, एक ड्रोन कर दिया मैंने, एक बंदा उधर है। यहाँ कोई आ रहा है, बैठ बैठ बैठ, ओ नो, ये किल चेक किया मेरा, बड़ा जबरदस्त जो है मैंने किल किया। उसके बाद शॉट गन थी, लेकिन रश मुझे इसलिए करना पड़ा उनके पहले किल बहुत कम है, और कुछ लोग जो है वो नोबड़ा नोबड़ा बोलेंगे भाई, इसलिए आगे जाओ बंदा मारो, काम खत्म करो। करने वाली मुझसे बात है, एक मैच ही तो हारना है। देखो बच्ची हीरो एक ही परवार, हीरो एक ही परवार को नहीं है, इसमें लगाने का मजा नहीं है, दूसरे मैच में लगाने का मजा। तो मैं पहले एडवांस लगा चुका हूँ, तो यहाँ पे हम थोड़ा सा जो है यहाँ पे बैठ के खेलेंगे, इजी होके, क्योंकि थोड़ा सा लेट हो गया मैं गन वगैरह सेलेक्ट करने में। बंदे जो हमारे बोल ऊपर चले गए, कोई आगे आएगा तो यहाँ पे उसका हम हेड, यार क्या हेड लेना, स्नाइपर पकड़ी भी है ऊपर चलते हैं, गोली के मारा। एक बंदा वो रही,
कैसा अरे यहाँ पे गई यहाँ पे होगा ओ यार ये सीधे हेड लग गया मेरा वन टैप हेड लगा मुझे वन टैप तो नहीं खेल ट्रैक हेड शॉट कहेंगे इससे हम और देखो क्या बनता है कि मुझे जो है वो वाला मेरा नहीं मिला हाँ नहीं मिला वो रिवाइव हो गया किल कर देना चाहिए था मुझे लेकिन कोई इशू नहीं है ब्रो कौन सी गेम खत्म हो गई गुड गुड हम इसको जरा आगे पीछे करने हैं और वो डालेगा ये बंदा और भाई क्या हो रहा है क्या कर रहे हो हार गए अच्छा हुआ हार गए ऐसे मिल जाए दो स्नाइपर उठाएंगे थोड़ा एंजॉय करेंगे चलो ये भी ठीक है इनफ है मशरूम पकड़ो भाई मशरूम तो छोड़ना नहीं है अपने पास ये वाला कैरेक्टर है ये वाला रोबोट फीमेल रोबोट तो भाई बहुत फायदा लेती है अगर आपको भी मतलब मुफ्त में मिल तो भाई मुफ्त में ना छोड़ो इसे बहुत कमाल है ये लोग से बेहतर लगता मुझे अब यहाँ पे हम राशि करते हैं कोई नहीं खैर देखी जाएगी जो होगा ये पटाख से एक को तो पड़ गई डेढ़ सौ की भाई ये जो इमोट रखा हुआ आप देख रहे हो ये बहुत फायदेमंद है ये भी एक ट्रिक टाइप का आप इसे ट्रिक समझ लो ये भी अच्छा बंदा मैं अकेले कोई गेम थोड़ा ठीक हो गई है फिर भी उनका डाउन कर दे एक हफ्ते मेरे लिए लो जी अब इस राउंड में तो बहुत गंदा राउंड है यार ये सारा ओपन एरिया
इसमें जरा मैं गेम थोड़ी अच्छी करने की कोशिश करूंगा। मेरी फेवरेट गन तो खैर आई नहीं है इसमें कोई, ये पकड़ते हैं, ये पकड़ते हैं, ये पकड़ते हैं और कुछ बुलवाल खा लेते हैं। हाँ बस ठीक है, सारा हो जाएगा। अब चलते हैं, रेस्ट बोलते हैं थोड़ा सा, यहाँ से हाँ ऊपर को चलते हैं क्योंकि अक्सर जो बंदे हैं वो इधर से जाते हैं। स्नाइपर पकड़ी हुई अंदर से किसी एक ने, आ रहे हैं आ रहे हैं आ रहे हैं आ रहे हैं। ओह शिट यार, पीछे से दो बंदे और रिवाइव यार वो कवर में। ओके 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 थैंक यू। यहाँ पे हम एक मेडिकेट लगा रहे हैं। पीछे से भी बंदा आ गया, कोई मसला नहीं। मैच हम हार चुके हैं, गेम तकरीबन ठीक है, नॉर्मल गेम हुई है, कोई इतनी प्रो वाली गेम नहीं। ओके ओके बस ओके, असल में वो वीडियो भी रिकॉर्ड हो रही है और हमारा सिस्टम थोड़ा सा जो है मिडिल क्लास वाला है, मिडिल क्लास फैमिली होती है जो सिस्टम सीपीयू वगैरह या ग्राफिक कार्ड वगैरह अफोर्ड कर सकती है, वो वाला है हमारे पास। तो उस हिसाब से बेस्ट है भाई, हमारा बड़ा चल रहा है। कौन सी कोई पीछे पड़ी हुई है तो इजी। ओके जी, अब हम अपना जो है नेक्स्ट गेम शुरू करते हैं। ना ब्रो ना, आई एम वन ए मेन और मी, वन मेन और मी। अब यहाँ पे लक रॉयल में चलते हैं, लक रॉयल में क्या क्या है हुआ है वो देखते हैं। कोई डायमंड शायमंड लगा लेते हैं अगर कोई है अच्छी चीज तो। ना इस पे तो लगाने नहीं है भाई, निकलना कुछ नहीं है। आपको भी मैं यही रिकमेंड करूंगा, अगर आपके पास जो है ओ माय गॉड बंडल अच्छा है, ओके होगा तो भाई ये हमने बिल्कुल नहीं लेना।
ये तो हमने वैसे नहीं लेना, हमें पसंद ही नहीं है। और यहाँ पे ओ यार ये तो सोचना भी नहीं, ये बड़ी पुरानी जो एड्रेस वो आई है मेरा ख्याल दोबारा से स्नाइपर है, कौन सी है किलर शिनोबी। यार मेरे पास इसके 6 टोकन पड़े हुए हैं लेकिन जो कोई गन अच्छी नहीं आ रही है, ये मैं नहीं लूंगा, मैं कोई किसी शॉर्ट रेंज का इंतजार करूंगा क्योंकि वो मेरी निकलानी है जो मेरे लकी स्टार था वो काफी हो गए। बैड लक देखो भाई जी, कोई जो है ये वाला भी बटन नहीं निकला मेरा, चलो जी ये तो हो गए काम तमाम। अब यहाँ पे हम टेकन खेलेंगे ब्रो, टेकन लो यहाँ पे हम करते हैं क्लेम जो भी हमारे पास में हुआ तो ये भी क्लेम करें, ये भी आजा बेटा आजा, क्यों इतना टाइम ले रहा है। अब हम पहले छोटे से शुरुआत करेंगे, ट्वेंटी वन एटी 74 यस। चलो यहाँ पे हम एक जो है वो जाया नहीं करेंगे, एक मैच खेलेंगे तो शायद हमें कुछ न कुछ मिल जाए। और प्रोफाइल दिखाने का मौका नहीं मिला आपको, वो फिर नेक्स्ट ही, तो अब चलते हैं फिर से गेम में, थोड़ा सा टाइम तो लगेगा। कोई नहीं टाइम भी खेरा ब्रो, टाइम बहुत हमारे पास, बहुत टाइम, एक छोकरे के पास टाइम तो है और क्या है जिनके पास मोबाइल गेमिंग के लिए मोबाइल नहीं है, पीसी नहीं है, तो उनके लिए जो है बच्चों के लिए वो टाइम, और हमारे पास हम गेमर बंदे हैं भाई, हमारे पास गेम के लिए बड़ा टाइम है। मैं जो स्टार्ट हो चुका है, मैप जो है हमारा वाला परमोदा जिसके हम माहिर हैं पुल वाले, मार दिया उसको। एक बंदा रह गया मेरे गेम में आते आते, तो एक बंदा रह जाता भाई करना गया। यार किल खा गए हेड था, कोई नहीं खैर ब्रो।
उन्हीं को मिल गया है हमें और उन्हीं को में हम ये लेंगे। ये मेरी फेवरेट गन बन चुकी है अब तक की, जो मतलब अच्छी गन, बहुत अच्छी लगी मेरे को। बैग हेडशॉट देना ऐसे करो और माउथ ठीक है, मूवमेंट पीछे, ड्रैग हेडशॉट, ओके हो गया, समझ आ गई होगी। नहीं समझ आई तो भाई वो जो अल्ट्रा प्रो मैक्स लेजेंड प्लेयर होते हैं उनकी वीडियो देखो, उनकी भी समझ नहीं आई आपको, वो भी पता नहीं क्या क्या सुनाते रहते हैं। मैंने एक सेकंड में बता दिया आपको कैसे खेलना। ओ ब्रो निकल खिड़की से भाई, हम बड़े नहीं है, हम फुल रश करते हैं। एक गया, एक ये रे, दो डोम, एक ये, वो भी गया, और एक बंदा रहेगा। उसकी हुई न खबर लेकिन किल भी, मगर किल भी गया मिल मुझको, लेके प्यार की पहली नजर। हाय पकड़ते गोरिया से हम दो मशरूम पकड़ते हैं और निकलते हैं। रश मोलोगा, मक्खियां आ गई हैं भाई, गर्मी बहुत होगी। आप लोग सुनाओ वहां पे क्या सीन है। दरख्त लगाओ गर्मी घटाओ, दरख्त लगाओ गर्मी घटाओ, दरख्त लगाओ गर्मी घटाओ। और ऊपर से जो सीपीयू है वो भी भ्रम भ्रम करके जो सेक छोड़ा होता है यार, जो पीसी प्लेयर है उनको पता होगा या जो लैपटॉप प्लेयर है उनको भी पता होगा थोड़ा बहुत। पढ़ गई बेटा पढ़ गई, ओके यू आर ब्रो। ओ डरा क्यों रहा है यार, यहाँ से चलते हैं। ओ नो 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 नो, ब्रेकअप को बज के मेरे भाई एम है ब्रो, हेल्प मी, नो आई वन यार, बॉल से वाइप दे यार, क्या बंदा है।
ओके बंदगी कोई गलती मेरी है क्योंकि मैं वन मैन आर्मी की टाइप कर रहा हूँ तो कोई इशू नहीं है वैसे इतना। तो भाई हम पकड़ रहे हैं फिर से अपनी स्नाइपर स्नाइपर के जलवे और कहीं Thank you.